का खालसा वाहिगुरु जी की फतेह। सारी सत संगत का अज दे प्रोग्राम विच बहुत बहुत स्वागत है जी। तो सतसंगीओ, जिस तरह आप जी ने पता है कि पिछले 3 हफ्ते तो हरेक वीरवार सा हरजीत सिंह जी गुरद्वारा सुधार लै, जिदे विच वख गुरद्वारा साहिबान नूं किस तरह आजाद करवाया और किहड़ियां किहड़ियां समस्यावां जिहड़ियां ने ਉਹ ਸਾਡੇ ਮਰਜ਼ੀ ਵੜਿਆਂ ਨੇ ਝੱਲੀਆਂ ਔਰ ਤਾਂ ਜਾ ਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਇਹ ਜਿਹੜੀ ਆਜ਼ਾਦੀ ਹੋਈ। ਭਾਵੇਂ ਅੱਜ ਅਸੀਂ ਫਿਰ ਇੱਕ ਐਸੀ ਦਲਦਲ 'ਚ ਫਿਰ ਜਾ ਰਹੇ ਹਾਂ, ਪਰ ਸਾਨੂੰ ਪੁਰਾਣਾ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ, ਤਾਂ ਜੇ ਅਸੀਂ ਵੀ ਅਵੇਅਰ ਹੋਈਏ ਕਿ ਸਾਡੀ ਗੁਰਧਾਮਾਂ ਪ੍ਰਤੀ ਔਰ ਆਪਣੇ ਪੰਥ ਪ੍ਰਤੀ ਕੀ ਸਾਡੇ ਫਰਜ਼ ਨੇ। ਤੋ ਇਹਨਾਂ ਬਾਰੇ ਬੜੇ ਖੋਲ੍ਹ ਕੇ ਹਰ ਇੱਕ ਇੰਸੀਡੈਂਟ ਜਿਹੜਾ ਉਹ ਵੀਰ ਜੀ ਦੱਸ ਰਹੇ ਨੇ। ਤੋ ਅੱਜ ਵੀ ਇਸੇ ਵਿਸ਼ੇ ਨੂੰ ਜਾਰੀ ਰੱਖਦੇ ਹਾਂ। ਮੈਂ ਬੇਨਤੀ ਕਰਾਂਗਾ ਸਾਹਰਜੀਤ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਇਸ ਵਿਸ਼ੇ ਨੂੰ ਨਿਭਾਉਣ। ਸਾਹਰਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਨਮਾਨਯੋਗ ਗੁਰੂ ਸਾਰਿਓ, ਅਸੀਂ ਗੁਰਦੁਆਰਾ ਸੁਧਾਰ ਲਹਿਰ ਦੇ ਉੱਤੇ ਵਿਚਾਰ ਕਰ ਰਹੇ ਹਾਂ, ਜਿਸ ਗੁਰੂ ਜੀ ਦੀ ਵਿਚਾਰਾਂ ਅਸੀਂ ਪਿੱਛੇ ਕਰ ਚੁੱਕੇ ਹਾਂ। ਗੁਰੂ ਕਾਲ ਤੋਂ ਬਾਅਦ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਰਾਜ ਕਾਇਮ ਹੁੰਦਾ ਹੈ। ਸਿੱਖ ਰਾਜ ਦੇ ਪਹਿਲੇ ਸਾਡੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਆਉਂਦਾ ਹੈ, ਪਰ ਬਾਬਾ ਬੰਦਾ ਸਿੰਘ ਜੀ ਦੀ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਨ 1716 ਵਿੱਚ ਹੋ ਜਾਂਦੀ ਹੈ। ਉਸ ਤੋਂ ਬਾਅਦ ਦਾ ਸਮਾਂ 60-65 ਸਾਲ ਦਾ ਸਿੱਖਾਂ ਦੇ ਲਈ ਬਹੁਤ ਹੀ ਮੁਸ਼ਕਲਾਂ ਭਰਿਆ ਰਿਹਾ, ਜਿਨ੍ਹਾਂ ਵਿੱਚ ਸਿੱਖਾਂ ਨੂੰ ਘਰ ਘਰ ਛੱਡ ਕੇ ਮਾਰੂਥਲਾਂ ਵਿੱਚ ਜੰਗਲਾਂ ਵਿੱਚ ਜਾਣਾ ਪਿਆ। ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਆਪ ਨਾ ਕਰ ਸਕੇ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਿੱਖਾਂ ਦੇ ਨਿਰਮਲੇ ਸਿੰਘ, ਉਦਾਸੀ ਸੰਪਰਦਾਵਾਂ ਅਤੇ ਮਹੰਤ ਇਹਨਾਂ ਦੇ ਹੱਥਾਂ ਵਿੱਚ ਚਲਾ ਗਿਆ। ਅੰਦਰ ਉਹ ਮਰਿਆਦਾ ਚੱਲਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਮਰਿਆਦਾ ਗੁਰੂ ਪੰਥ ਨੇ ਬੰਦ ਕੀਤੀਆਂ ਸਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਨਹੀਂ ਸਨ। ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਵੱਖੋ ਵੱਖਰੀਆਂ ਪ੍ਰਪਾਟੀਆਂ, ਇਹ ਕਹਿ ਲਈਏ ਕਿ ਇਹ ਗੁਰਦੁਆਰੇ ਉਹਨਾਂ ਦੇ ਮਹੰਤਾਂ ਦੇ, ਉਦਾਸੀਆਂ ਦੇ, ਨਿਰਮਲਿਆਂ ਦੇ ਨਿੱਜੀ ਅਖਾੜੇ ਬਣ ਗਏ ਸਨ। ਉਸ ਤੋਂ ਬਾਅਦ ਸਿੱਖ ਰਾਜ ਦਾ ਸਮਾਂ ਆਉਂਦਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ, ਜਿਹਦੇ ਵਿੱਚ ਉਹਨਾਂ ਨੇ ਗੁਰਦੁਆਰਿਆਂ ਦੇ ਅੰਦਰਲੀ ਮਰਿਆਦਾ ਵਿੱਚ ਬਹੁਤਾ ਦਖਲ ਨਹੀਂ ਦਿੱਤਾ। ਗੁਰਦੁਆਰੇ ਅਮੀਰ ਹੋਏ ਪਰ ਮਰਿਆਦਾ ਗਰੀਬ ਹੋ ਗਈ। ਜਿਵੇਂ ਜਿਵੇਂ ਸਾਧਨ ਵੱਧ ਗਏ, ਜਗੀਰਾਂ ਵੱਧ ਗਈਆਂ, ਮਹੰਤ ਹੋਰ ਉਦਾਸ ਅਜਾਸ਼ ਹੋ ਗਏ, ਇਹ ਅਜਾਸ਼ੀ ਦੇ ਅੱਡੇ ਵੱਡੇ ਹੋ ਗਏ। ਗੁਰਦੁਆਰਿਆਂ ਨੂੰ ਹੁਣ ਬਿਲਕੁਲ ਹੀ ਨਿੱਜੀ ਦੁਕਾਨਾਂ ਬਣਾ ਦਿੱਤਾ ਗਿਆ ਔਰ ਇਹ ਕਹਿ ਦਿੱਤਾ ਗਿਆ ਕਿ ਅਸੀਂ ਮਰਜ਼ੀ ਦਾ ਸੌਦਾ ਵੇਚਾਂਗੇ, ਜਿਹਦੀ ਮਰਜ਼ੀ ਉਹ ਆਵੇ, ਜਿਹਦੀ ਮਰਜ਼ੀ ਨਾ ਆਵੇ, ਕਿਉਂਕਿ ਗੁਰਦੁਆਰਿਆਂ ਦੇ ਕੋਲ ਬਹੁਤ ਸਾਰੀਆਂ ਜਗੀਰਾਂ ਪਹਿਲਾਂ ਹੀ ਲੱਗ ਚੁੱਕੀਆਂ ਸਨ। ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਅੰਗਰੇਜ਼ਾਂ ਨੇ ਲੁਕੀ ਛੁਪੀ ਸਾਜਿਸ਼ ਅਧੀਨ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅੰਦਰ ਆਪਣੇ ਅਧੀਨ ਰੱਖਣ ਦੀ ਸਾਜਿਸ਼ ਰਚੀ, ਜਿਹਦੇ ਵਿੱਚ ਮਹੰਤਾਂ ਅਤੇ ਇਹਨਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ। ਜੇਲ੍ਹਾਂ ਵਿੱਚ ਬੰਦ ਕੈਦੀ, ਬਦਮਾਸ਼, ਗੁੰਡੇ ਇਹਨਾਂ ਦੀ ਸਪੋਰਟ ਦੇ ਉੱਤੇ ਰੱਖ ਦਿੱਤੇ ਗਏ ਵੀ ਜਦੋਂ ਲੋੜ ਪਵੇ ਅਸੀਂ ਤੁਹਾਨੂੰ
रिहा कर देंगे, इन्हों ये थोड़े को आ जाएंगे। सिंह सभा लहर का जन्म हुंदा है। सिंह सभा लहर ने बड़ी कुरबानी की, सिख साहित नूं कुरबाणी की एक सवट्टी ते रख के छापना शुरू किया। छोटे छोटे ट्रैक छापे गए। लगभग 1872 तो यह सिंह सभा लहर का आरंभ हुंदा है। इन्हां ट्रैक्टर राही हौली हौली पंथ विच जागृति आनी शुरू हुई, कौम नूं अपने विरसे दे समझ आनी शुरू हुई। सिंह सभा लहर ने बड़े ही महत्वपूर्ण कार्य किए और इस लहर विचों फिर जन्म अकाली लहर का हुंदा है। अकाली लहर का जन्म जदों होया फिर छोटे छोटे जत्थे बनने शुरू हुए ते गुरुद्वारे आजाद करवाउण दा काम शुरू होया। सब तो वड्डा काम दरबार साहब का सी, वह भी सरदार तेजा सिंह जी पुत्र ते होर पंथ दे आगुआं ने रल मिल के वह प्रबंध जिहड़ा सी अब अपने अधीन लै आंदा, पंथ दे अधीन लै आंदा। अकाल तख्त दे साहब दे पुजारी अकाल तख्त छड के भज गए। उन्होंने निहंग सिंघां नूं जाके चुकिया। निहंग सिंघ आए पर समझन समझाउण तों बाद अल्टीमेटली अकाल तख्त दा जिहड़ा प्रबंध सी उह सिख हत्थां विच आ जांदा है। सारे प्रबंध नूं चलाउण लई वड्डी कमेटी बनी जिहदा नाम गुरद्वारा श्रोमणी गुरद्वारा प्रबंधक कमेटी रख्या गया, जिहदे विच सरकार वल्लों नियत किते मैंबरां नूं भी शामिल किया गया। तो इस श्रोमणी कमेटी ने बहुत महत्वपूर्ण कार्य उस वेले किते। पंथ नूं काफ़ी देन है इस कमेटी की जिहड़ी कार्य इन्होंने उस वेले किते। ये ठीक है, समय की चाल मुताबक हर संस्थावां विच किते ना किते कमियां कमजोरियां आ जांदियां हन। सानू कमियां दूर करन दी लोड़ है, इहदी होंद वालों उत्ते सवाल खड़े करन दी लोड़ नहीं, क्योंकि ये शहीदां दे खून विचों अकाली दल और श्रोमणी गुरुद्वारा प्रबंधक कमेटी शहीदां दे खून विचों बनियां हुई संस्थावां हन। तो मैं बार बार ये गल करदा हाँ कि अज साडे कोल ये साजिश रची जा रही है भी सिखां दी ना कोई अपनी पार्टी रवे, ना ही इन्हां दा गुरुद्वारिआं ते कब्जा रवे। सीधे जां सीधे ढंग नाल जिवें अंग्रेज़ असिधे ढंग नाल कब्जा करदे सन, अज दीआं सरकारां भी असिधे ढंग नाल अपने बनाए हुए सरबराहां नूं ही अकाल तख्त साहब की जथेदारी ते होर चीज़ां देण लई उतावल बैठियां हन और कुछ हिस्सा कर हो भी गया है, वरते भाणे वरत भी गए हैं। जिहड़े दो तख्त साढ़े बाहर दे हन उत्थे तां शरेआम ही गुरमुख मुरादां दीआं धज्जियां उड़ाईआं जा रहीआं हन। तो इस तों बाद गुरद्वारा सुधार लहर दे अधीन सब तों पहला गुरद्वारा तरन तारण साहब का कब्जा सिखा ने लिया, जिहदे भी दो सिख शहीद होए, भाई हजारा सिंह ते भाई हुकम सिंह जी, जिन्हां दी जिक्र असीं पिछली बारी कर चुके हाँ। तो ये हालात सन जदों ननकाणा साहब का साका वरत्या। ननकाणा साहब के महंत नारायण दास इस तों पहलां दे दोने जिहड़े महंत सन शराबी होण करके कई गुप्त बीमारियां दे शिकार हो के मर गए। ननकाणा साहब का धर्म स्थान नहीं सी रहा क्योंकि गुरु नानक पातशाह का जन्म स्थान है, सिखां दा लगाव इस स्थान नाल बहुत ज़्यादा सी, अज भी है। ये वक्री गल है कि अज इन्हां दे दर्शनदारियां दी असीं अरदास करते हाँ, पर अजे तक असीं इन्हां दे खुले दर्शनदार जिहड़े आ उह नहीं कर सकते। ननकाणा साहब धर्म स्थान ना रह के बदमाशां गुंडियां भंगियां पूस्तियां दी एक परवरिश ग्रह जिहड़ा सी परवरिश का बन गया सी। कुछ बंदे चाहुंदे सन कि गुरद्वारे नूं सिख जागरण दे केंद्र दा नाम बन, कुछ बंदे अजे भी चाहुंदे सन उहदे विचों वी गुरद्वारिआं नूं सिखां दी जागृति दा केंद्र नाम बनन दित्ता जावे। जिहड़े अनपढ़ जाहल कुकर्मां विच खचत सिख लीडर होणगे उन्हां नूं अपने मतलब लई तां ही वरत्या जा सकता है जे गुरद्वारे दा प्रबंध जां गुरद्वारे दा जिहड़ा प्रबंध है उन्हां हत्थां दे विच ही रहे जिहड़े आप इहो जिहियां बीमारियां दे शिकार हन। इहो ही हालत ब्रिटिश सरकार दी सी क्योंकि वह अंग्रेज सरकार यह चाहती सी कि गुरद्वारिआं दा प्रबंध सिख हत्थां विच नहीं जाना चाहीदा। हालांकि महंत नारायण दास ने गद्दी ते बैठन वेले अंग्रेज़ मिनिस्टर दे सामने सिख संगत नाल कुछ वादे ते बचन किए सन कि वह पहले महंत वाले जिहड़े कुकर्म है वह छड़ देवेगा,
उस दे खिलाफ कोई कसूर साबित हो जाए तो अस्तीफा दे देगा। पर यह महंत नारायण दास पहले महंतों नालों भी दो कदम अगे लंघ गया। इसने पहला एक मिरासन अपने घर च लैन दा, फिर लाहौर तो विशवावां मंगाईआं गईआं, उन्हां दे नाच जन्म स्थान ननकाणा साहब विखे कराए जाते रहे। उन्हां दे नाच जिहड़े सन ननकाणा साहब विखे होए। महंत दी इस हरकत ने जदों ननकाणा साहब विच विशवावां दे नाच होने शुरू हो गए तां सिख जगत विच इक रोह दी जिहड़ी लहर है उह बल उठी। अखबारां सिंघ सभावां ने संगतां ने इस बेदबी दे महंत दी इखलाक रहित करतूत दे खिलाफ मते पास कीते। गवर्नमेंट नूं भी इस बारे खबर जिहड़ी सी दित्ती गई, पर गवर्नमेंट ने कोई एक्शन ना लै लैणा भी नहीं सी। सरकारां एक्शन लैंदियां नहीं, सरकारां तां सिधांत सिधांतक बंदिआं दे एक्शन लैंदियां हन, सिधांतहीन बंदिआं दे कदी एक्शन नहीं लैंदियां। उन्हां नूं पता है कि इह साडी झोली विच हन, जदों मर्जी असीं इन्हां नूं वरत सकदे हाँ। हमेशा ही सरकारां दा इह रवायत रही है, रवायत रहा है, सरकारां दा सुभाअ इहो जिहा ही हुंदा है। इस वास्ते इह सोच के भी सरकारां कोई एक्शन लैंदियां नहीं लैंदियां, अज भी नहीं लै रहीआं, उदों भी नहीं सी लैंदियां। 1918 दे विच इक सिंध तों यात्रू की लड़की की इज्जत लुट ली गई महंत महंत दे गुंडियां वालों। इस साल जी 1918 छे बीबियां जो पूर्णमाशी दे वाले दिन सी दर्शनां नूं आईयां ननकाणा साहब दे उत्ते, रात समय जन्म स्थान दे अंदर जदों पुजियां तां जबरदस्ती उन्हां दी इज्जत लुट ली गई। इस तरह होर हजारां ही कुकर्म जिहड़े सन, मैं उन्हां दा बहुता जिक्र नहीं कर रहा, इस जन्म स्थान दे विच हुंदे सन। अक्तूबर 1920 दे विच धारोवाल नगर दे विच एक बहुत वड्डा इकट्ठ होया, दीवान होया, ते महंत नूं अपना आप नूं सुधारन लई कहा गया। पर महंत नारायण दास तां नरकी मसंद बन चुका सी, ਮਸੰਦਾ ਨਾਲ ਵੀ ਮਾੜਾ ਮਹੰਤ ਦਾ ਹਾਲਤ ਉਸ ਵੇਲੇ ਬਣ ਚੁੱਕੀ ਸੀ। ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਲ ਉਸ ਵੇਲੇ 1 ਲੱਖ ਤੋਂ ਉੱਪਰ ਦੀ ਜ਼ਗੀਰ ਸੀ। ਇਸ ਤੋਂ ਇਲਾਵਾ ਹੋਰ ਚੜਾਵਾ ਅਤੇ ਪੂਜਾ ਦਾ ਬਹੁਤ ਸਾਰਾ ਪੈਸਾ ਵੀ ਜਿਹਦਾ ਬੇਹਿਸਾਬ ਉੱਥੇ ਆਉਂਦਾ ਸੀ। ਕੁਝ ਬੇਦੀ ਜਗੀਰਦਾਰ ਵੀ ਉਹਦੀ ਪਿੱਠ ਦੇ ਉੱਤੇ ਆ ਕੇ ਮਹੰਤ ਦੇ ਉੱਤੇ ਖੜੇ ਸਨ। ਮਹੰਤ ਨੇ ਹੁਣ ਸਮਝੌਤੇ ਦੀ ਨਹੀਂ ਸਿੱਖਾਂ ਨਾਲ ਮੁਕਾਬਲਾ ਕਰਨ ਦੀ ਪਲੈਨਿੰਗ ਜਿਹੜੀ ਸੀ ਉਹ ਕਰ ਲਈ, ਵੀ ਇਹਨਾਂ ਦਾ ਮੁਕਾਬਲਾ ਨਹੀਂ, ਗੁਰਦੁਆਰੇ ਦਾ ਪੁਰਾ ਦੇਣਾ ਉਹਨੂੰ ਦੇਣਾ ਨਹੀਂ, ਭਾਵੇਂ ਮੈਨੂੰ ਇਹਦੇ ਲਈ ਜੋ ਮਰਜ਼ੀ ਕਰਨਾ ਪੈ ਜਾਏ। ਬਦਮਾਸ਼ਾਂ ਨੂੰ, ਗੁੰਡਿਆਂ ਨੂੰ ਸ਼ਰਾਬਾਂ ਅਤੇ ਤਨਖਾਹਾਂ ਦੇ ਕੇ ਗੁਰਦੁਆਰੇ ਦੇ ਵਿੱਚ ਰੱਖ ਲਿਆ। ਜਨਮ ਸਥਾਨ ਨੂੰ ਇੱਕ ਕਿਲ੍ਹਾ ਬਣਾ ਦਿੱਤਾ ਗਿਆ, ਇੱਕ ਗੁਰਦੁਆਰਾ ਨਾ ਹੋ ਕੇ ਇੱਕ ਜੰਗੀ ਕਿਲ੍ਹਾ ਜਿਹੜਾ ਸੀ ਉੱਥੇ, ਸਾਰਾ ਇਹ ਕਹਿ ਲਈਏ ਕਿ ਸਾਰੇ ਹਥਿਆਰ ਜਿਹੜੇ ਸੀ ਉਸ ਗੁਰਦੁਆਰੇ ਅੰਦਰ ਇਕੱਠੇ ਕਰ ਲਏ ਗਏ। ਬਾਬਾ ਕਰਤਾਰ ਸਿੰਘ ਬੇਦੀ, ਜਿਨ੍ਹਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਬੜਾ ਰਸੂਖ ਸੀ, ਬੰਦੇ ਸਨ, ਉਹਦੇ ਸਲਾਹਕਾਰ ਬਣ ਗਏ। ਰਾਂਝਾ ਅਤੇ ਰਿਹਾਣਾ ਵਰਗੇ 10 ਨੰਬਰੀਏ ਬਦਮਾਸ਼ ਜਿਹੜੇ ਸਨ, ਅਤੇ ਇਲਾਕੇ ਦਾ ਇੱਕ ਪ੍ਰਸਿੱਧ ਬਦਮਾਸ਼ ਇਸਮਾਇਲ ਭੱਟੀ ਦੇ ਨਾਂ ਉਹਦਾ ਕਰਕੇ ਆਉਂਦਾ ਹੈ, ਉਹਨੂੰ ਭੱਟੀ ਨੂੰ ਵੀ ਮੁਸਲਮਾਨਾਂ ਨੂੰ ਆਪਣੇ ਨਾਲ ਇਹਨੇ ਗੰਢ ਲਿਆ। ਕੁਛ ਮੁਸਲਮਾਨ ਜਿਹੜੇ ਬਦਮਾਸ਼ ਸਨ ਉਹ ਵੀ, ਕੁਝ ਰਾਂਝਾ ਅਤੇ ਰਿਹਾਣਾ ਨਾਮ ਦੇ ਬਦਮਾਸ਼ ਉਹ ਵੀ ਉਹ ਮਹੰਤ ਨੇ ਆਪਣੇ ਨਾਲ ਜੋੜ ਲਏ। ਇਹਨਾਂ ਬਦਮਾਸ਼ਾਂ ਨੂੰ ਹਥਿਆਰ ਦੇਣ ਲਈ ਜਨਮ ਸਥਾਨ ਦੇ ਅੰਦਰ ਛਵੀਆਂ, ਕੁਹਾੜੇ, ਟਕੂਏ, ਇਹ ਹਥਿਆਰ ਬਣਾਉਣ ਦੀਆਂ ਭੱਠੀਆਂ ਲਾ ਦਿੱਤੀਆਂ ਗਈਆਂ। ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ ਹੀ ਹਥਿਆਰਾਂ ਦੀਆਂ ਭੱਠੀਆਂ ਜਿਹੜੀਆਂ ਸੀ ਉਹ ਲਾ ਦਿੱਤੀਆਂ ਗਈਆਂ। ਮਿੱਟੀ ਦੇ ਤੇਲ ਦੇ ਪੀਪੇ ਵੀ ਇੱਥੇ ਰੱਖ ਲਏ ਗਏ, ਪੱਥਰ ਇਕੱਠੇ ਕਰਕੇ ਉਹਨਾਂ ਦੇ ਢੇਰ ਵੀ ਅੰਦਰ ਲਾ ਲਏ ਗਏ, ਛੱਤਾਂ ਦੇ ਉੱਤੇ ਚੜਾ ਦਿੱਤੇ ਗਏ। ਗੇਟ ਜਿਹੜੇ ਸਨ, ਜਿਹਨੂੰ ਫਾਟਕ ਕਹਿੰਦੇ ਆ, ਉਹ ਦਰਵਾਜ਼ੇ ਮਜ਼ਬੂਤ ਕਰ ਦਿੱਤੇ ਗਏ। ਉਹਨਾਂ ਵਿੱਚ ਦੀਵਾਰਾਂ ਵਿੱਚ ਛੋਟੀਆਂ ਛੋਟੀਆਂ ਮੋਰੀਆਂ ਰੱਖ ਕੇ ਬੰਦੂਕਾਂ ਚਲਾਉਣ ਦਾ ਪ੍ਰਬੰਧ ਵੀ ਜਿਹੜਾ ਉਹ ਕਰ ਲਿਆ ਗਿਆ, ਵੀ ਗੋਲੀਆਂ ਚਲਾਉਣੀਆਂ ਜਿਹੜੀਆਂ ਹਨ ਸਾਨੂੰ ਸਾਹਮਣਾ ਨਾ ਕਰਨਾ ਪਵੇ, ਦੀਵਾਰਾਂ ਵਿੱਚੋਂ ਮੋਰੀਆਂ ਕਰਕੇ ਗੋਲੀਆਂ ਚਲਾਉਣ ਦਾ ਪ੍ਰਬੰਧ ਵੀ ਕਰ ਲਿਆ ਗਿਆ। ਇਹਦੇ ਲਈ ਹੋਰ ਕੰਮ ਮਹੰਤ ਨੇ ਹੋਰ ਆਪਣੀ ਹਮਦਰਦੀ ਲੈਣ ਦੇ ਲਈ
ਸਾਧੂਆਂ ਤੇ ਮਹੰਤਾਂ ਦੀ ਇੱਕ ਮੀਟਿੰਗ ਰੱਖ ਲਈ ਜਿਹਦੇ ਵਿੱਚ 70 ਦੇ ਕਰੀਬ ਇਤਿਹਾਸ ਲਿਖਦਾ ਹੈ ਕਿ ਸਾਧੂ ਇਕੱਠੇ ਹੋਏ। ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਤੇ ਆਪਣੀ ਮਹੰਤਗਿਰੀ ਜਿਹੜੀ ਸੀ ਉਹ ਕਾਇਮ ਰੱਖਣ ਦਾ ਫੈਸਲਾ ਕੀਤਾ। ਸੰਤ ਸੇਵਕ ਨਾਮ ਦਾ ਇੱਕ ਅਖਬਾਰ ਸੀ, ਉਹ ਇਹਨਾਂ ਨੇ ਕੱਢਣ ਦਾ ਨਿਰਣਾ ਲਿਆ ਵੀ ਅਸੀਂ ਆਪਣਾ ਅਖਬਾਰ ਕੱਢਾਂਗੇ ਜਿਹਦਾ ਨਾਮ ਸੰਤ ਸੇਵਕ ਰੱਖਿਆ ਗਿਆ। ਕਮੇਟੀ ਦਾ ਜਿਹੜਾ ਪ੍ਰਧਾਨ ਸੀ ਨਾਰਾਇਣ ਦਾਸ, ਨਨਕਾਣਾ ਸਾਹਿਬ ਦਾ ਤੇ ਸਕੱਤਰ ਜਿਹੜਾ ਸੀ ਉਹ ਬਸੰਤ ਦਾਸ, ਗੁਰਦੁਆਰਾ ਮਾਨਕ ਜਿਹੜਾ ਸੀ ਉਹਦਾ ਥੱਪ ਦਿੱਤੇ ਗਏ। ਉਸ ਕਮੇਟੀ ਮਹੰਤ ਨੇ ਇੱਕ ਵੱਖਰੀ ਕਮੇਟੀ ਬਣਾ ਲਈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਇਹ ਉਦਾਸੀਆਂ ਅਤੇ ਸੰਪਰਦਾਵਾਂ ਸਾਧਾਂ ਨੇ ਆਪਣੀ ਕਮੇਟੀ ਇੱਕ ਨਵੀਂ ਬਣਾ ਲਈ। 400-500 ਦੇ ਕਰੀਬ ਚੰਗੇ ਲੜਾਕੂ ਬੰਦੇ ਜਿਹੜੇ ਸਨ ਉਹ ਵੀ ਇਕੱਠੇ ਕਰ ਲਏ ਅਤੇ ਹੁਕਮ ਕਰ ਦਿੱਤਾ ਵੀ ਕਿਸੇ ਕਿਰਪਾਨ ਧਾਰੀ ਸਿੱਖ ਨੂੰ ਗੁਰਦੁਆਰੇ ਅੰਦਰ ਨਾ ਵੜਨ ਦਿੱਤਾ ਜਾਏ। ਨਨਕਾਣਾ ਸਾਹਿਬ ਦੇ ਵਿੱਚ ਕਿਸੇ ਕਿਰਪਾਨ ਧਾਰੀ, ਪਾਵ ਅੰਮ੍ਰਿਤ ਧਾਰੀ ਜਿਹਨੇ ਖੰਡੇ ਬਾਟੇ ਦੀ ਪੋਹ ਲਈ ਹੋਈ ਹੈ ਉਹਨੂੰ ਅੰਦਰ ਨਾ ਵੜਨ ਦਿੱਤਾ ਜਾਏ। ਭਾਈ ਲਛਮਣ ਸਿੰਘ ਜੀ ਧਾਰੋਵਾਲ ਉਸ ਇਲਾਕੇ ਵਿੱਚ ਮੰਨੇ ਪਰਮੰਨੇ ਪੰਥ ਦਰਦੀ ਸਨ, ਜਿਹਦਾ ਜ਼ਿਕਰ ਪਹਿਲਾਂ ਵੀ ਆ ਚੁੱਕਾ ਹੈ। ਉਹ ਆਪਣੇ ਪਿੰਡ ਦੇ ਬੰਦਿਆਂ ਨਾਲ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਏ। ਮਹੰਤ ਦੇ ਕਾਤਲਾਂ ਇਰਾਦਿਆਂ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਸੀ, ਪਰ ਉਸ ਦਿਨ ਸਬੱਬੀ ਕਹਿ ਲਈਏ ਜਾਂ ਬਾਈ ਚਾਂਸ ਅਸੀਂ ਗੱਲ ਕਰਦੇ ਹਾਂ ਕਿ ਡਿਪਟੀ ਕਮਿਸ਼ਨਰ ਅਤੇ CID ਦਾ ਸੁਪਰਡੈਂਟ ਵੀ ਗੁਰਦੁਆਰੇ ਦੇ ਅੰਦਰ ਹਾਜ਼ਰ ਸੀ, ਇਸ ਲਈ ਭਾਈ ਲਛਮਣ ਸਿੰਘ ਉਸ ਦਿਨ ਜੱਥੇ ਸਮੇਤ ਬਚ ਗਏ, ਉਹਨਾਂ 'ਤੇ ਹਮਲਾ ਨਾ ਹੋ ਸਕਿਆ। ਪਰ ਇਹਨਾਂ ਅਫਸਰਾਂ ਦੁਆਰਾ ਮਹੰਤ ਦੇ ਕਾਨੂੰਨ ਨੂੰ ਹੱਥ ਵਿੱਚ ਲੈਣ ਅਤੇ ਅਕਾਲੀਆਂ ਦੇ ਕਤਲ ਦੇ ਇਰਾਦੇ ਰੱਖਣ ਦੀ ਕੋਈ ਤਾੜਨਾ ਨਾ ਕੀਤੀ ਗਈ। ਹਾਲਾਂਕਿ ਇਹ ਅਫਸਰ ਉੱਥੇ ਗਏ ਹੀ ਇਸੇ ਕੰਮ ਲਈ ਸਨ, ਜਾਂ ਦੂਜੇ ਲਫ਼ਜ਼ਾਂ 'ਚ ਇਹ ਕਹਿ ਲਈਏ ਕਿ ਇਹ ਅਫਸਰ ਗਏ ਹੀ ਇਸੇ ਕੰਮ ਲਈ ਸਨ ਕਿ ਗੁਰਦੁਆਰੇ ਦਾ ਪ੍ਰਬੰਧ ਕਿਸੇ ਹਾਲਤ ਵਿੱਚ ਵੀ ਸਿੱਖਾਂ ਨੂੰ, ਉਸ ਵੇਲੇ ਅਕਾਲੀ ਕਿਹਾ ਜਾਂਦਾ ਸੀ, ਵੀ ਅਕਾਲੀਆਂ ਨੂੰ ਨਹੀਂ ਦੇਣਾ। ਇਹ ਸਰਕਾਰਾਂ ਦਾ ਅਸਿੱਧੇ ਤੌਰ 'ਤੇ ਜਿਹੜਾ ਦਖਲ ਸੀ ਉਹ ਸਾਹਮਣੇ ਨਜ਼ਰ ਆਉਂਦਾ ਸੀ। ਜਾਂ ਕਹਿ ਲਈਏ ਹੁਣ ਸਿੱਧਾ ਅਤੇ ਅਸਿੱਧਾ ਦਖਲ ਵੀ ਗੁਰਦੁਆਰੇ ਦੇ ਅੰਦਰ ਇਹਨਾਂ ਨੇ ਦੇਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਜਨਮ ਸਥਾਨ ਦੇ ਮਹੰਤ ਨਰਾਇਣ ਦਾਸ ਦਾ ਜਿਹੜਾ ਕਰੈਕਟਰ ਸੀ ਉਹਦੀਆਂ ਕਰਤੂਤਾਂ ਦਾ ਚਰਚਾ ਹੁਣ ਪੰਥ ਵਿੱਚ ਫੈਲਣੀ ਸ਼ੁਰੂ ਹੋ ਗਈ। ਇੱਥੋਂ ਦੇ ਪ੍ਰਬੰਧ ਨੂੰ ਪੰਥਕ ਹੱਥਾਂ ਵਿੱਚ ਲਿਆਉਣ ਦੇ ਲਈ ਸਭ ਦੀ ਇੱਛਾ ਹੁਣ ਬੜੀ ਤੀਬਰ ਜੀ ਤੇਜ਼ ਹੋਈ ਵੀ ਅਸੀਂ ਇਹਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਈਏ। ਗੁਰਦੁਆਰੇ ਦਾ ਪ੍ਰਬੰਧ, ਗੁਰੂ ਨਾਨਕ ਦੇ ਜਨਮ ਸਥਾਨ ਦਾ ਪ੍ਰਬੰਧ ਇਹਨਾਂ ਦੇ ਹੱਥਾਂ 'ਚ ਰਿਹਾ ਤਾਂ ਇਹ ਸਿੱਖਾਂ ਲਈ ਬੜੀ ਨਮੋਸ਼ੀ ਵਾਲੀ ਗੱਲ ਹੋਵੇਗੀ। ਮਹੰਤ ਨਾਲ ਸਮਝੌਤੇ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ। ਸਰਦਾਰ ਕਰਤਾਰ ਸਿੰਘ ਜੀ ਝੱਬਰ ਅਤੇ ਸਰਦਾਰ ਸ਼ੇਖੂਪੁਰੇ ਦੇ ਰਹਿਣ ਵਾਲੇ ਸਰਦਾਰ ਬੂਟਾ ਸਿੰਘ ਜੀ ਜੋ ਵਕੀਲ ਸਨ ਉਹਨਾਂ ਨੇ ਵੀ ਕਾਫ਼ੀ ਹਿੱਸਾ ਇਹਦੇ ਵਿੱਚ ਪਾਇਆ। ਪ੍ਰੰਤੂ ਮਹੰਤ ਜਿਹੜਾ ਚੰਦਰ ਖਾਨੇ, ਲਾਲਾ ਲਾਜਪਤ ਰਾਏ ਅਤੇ ਕਈ ਹੋਰ ਉਦਾਸੀ ਮਹੰਤਾਂ ਨਾਲ ਗੱਠਜੋੜ ਕਰਨ ਲਈ ਹਰ ਵਾਰ ਟਾਲ ਮਟੋਲ ਜਿਹੜਾ ਸੀ ਇਹਨਾਂ ਨੂੰ ਕਰਦਾ ਰਿਹਾ। ਸ਼੍ਰੋਮਣੀ ਕਮੇਟੀ ਨੇ ਇਸ ਗੱਲ ਨੂੰ ਸਿਰੇ ਚੜ੍ਹਾਉਣ ਦੇ ਲਈ 5 ਅਤੇ 6 ਮਾਰਚ 1921 ਨੂੰ ਪੰਥਕ ਮੁਖੀਆਂ ਦੀ, ਕੌਮੀ ਲੀਡਰਾਂ ਦੀ ਇੱਕ ਇਕੱਤਰਤਾ ਬੁਲਾ ਲਈ। 5 ਅਤੇ 6 ਮਾਰਚ 1921 ਨੂੰ ਭਾਵੇਂ ਇਹ ਪ੍ਰੋਗਰਾਮ ਮਹੰਤ ਦੀ ਸਲਾਹ ਨਾਲ ਬਣਿਆ ਸੀ, ਪਰ ਮਹੰਤ ਨੇ ਆਪਣੇ ਨਿੱਜੀ ਸਲਾਹਕਾਰ ਦੇ ਮਸ਼ਵਰੇ ਨਾਲ ਜਾਂ ਸਲਾਹ ਨਾਲ ਅੰਦਰ ਖਾਨੇ ਹੋਰ ਹੀ ਪਲੈਨਿੰਗ ਜਿਹੜੀ ਸ਼ੁਰੂ ਕਰ ਦਿੱਤੀ। ਉਹਨੇ ਸਰਕਾਰੀ ਅਫਸਰਾਂ, ਲਾਹੌਰ ਦੇ ਕਮਿਸ਼ਨਰ ਜਿਹਨੂੰ ਮਿਸਟਰ ਕਿੰਗ ਸੀ, ਉਹਦੀ ਵੱਡੀ ਸ਼ਹਿਰ ਸੀ ਉਸ ਵੇਲੇ, ਉਹਨੂੰ ਮਿਸਟਰ ਕਿੰਗ ਨੇ ਇੱਕ ਸਰਕੂਲਰ ਕੱਢ ਕੇ ਮਹੰਤ ਦੇ ਹੋਰ ਹੌਸਲਾ ਅਫਜ਼ਾਈ ਕਰ ਦਿੱਤੀ। ਸਰਕਾਰ ਉਹਦੇ 'ਚ ਲਿਖਿਆ ਸੀ, ਸਰਕਾਰ ਹਮੇਸ਼ਾ ਮਹੰਤਾਂ ਦੀ ਹਿਫਾਜ਼ਤ ਕਰੇਗੀ, ਉਹਨਾਂ ਦੀ ਰੱਖਿਆ ਕਰੇਗੀ। ਮਿਸਟਰ ਕਿੰਗ ਨੇ ਇੱਕ ਹੋਰ ਗੁਪਤ ਚਿੱਠੀ 18 ਦਸੰਬਰ 1920 ਨੂੰ ਇਹ ਲਿਖੀ, ਜਿਹਦੀ ਕਾਪੀ ਇੰਡੀਆ ਹਾਊਸ ਲੰਡਨ ਦੀ ਲਾਇਬ੍ਰੇਰੀ ਵਿੱਚ ਅੱਜ ਵੀ ਪਈ ਹੋਈ ਹੈ। ਜਿਹੜੀ ਕਾਪੀ ਉਹਦੀ ਇੰਡੀਆ ਹਾਊਸ ਲੰਡਨ ਦੀ ਲਾਇਬ੍ਰੇਰੀ ਵਿੱਚ ਅੱਜ ਪਈ ਹੋਈ ਹੈ। ਲਾਹੌਰ ਦੇ ਇੱਕ ਜਿਹੜੇ ਅਸਲੇ ਦੇ ਡੀਲਰ ਸਨ, ਜਿਹਨੂੰ ਆਰਮਸ ਡੀਲਰ ਅਸੀਂ ਕਹਿੰਦੇ ਹਾਂ, ਆਰਮਸ ਐਮੂਨੇਸ਼ਨ ਡੀਲਰ ਜਿਹੜੇ ਸਨ, ਜਾਂ ਉਹਨਾਂ ਦੇ ਨਾਂ 'ਤੇ ਲਿਖੀ ਗਈ ਸੀ ਕਿ ਮਹੰਤ ਨਾਰਾਇਣ ਦਾਸ ਨੂੰ ਅਸਲਾ ਅਤੇ ਬੰਦੂਕਾਂ ਦੇ ਦਿੱਤੇ ਜਾਣ, ਭਾਵ ਇਹਦੇ
ਪੇਮੈਂਟ ਤੋਂ ਬਿਨਾਂ ਹੀ ਜੋ ਅਸਲਾ ਹੈ ਤੇ ਪ੍ਰੋਵਾਈਡ ਕਰ ਦਿੱਤਾ ਜਾਏ। ਮਹੰਤ ਦਾ ਇਰਾਦਾ ਸੀ ਕਿ 5-6 ਮਾਰਚ ਨੂੰ ਜਦੋਂ ਪੰਥਕ ਮੁਖੀ ਜਿਹੜੇ ਹਨ ਜਾਂ ਲੀਡਰ ਇਕੱਠੇ ਹੋਣਗੇ ਤਾਂ ਬਾਹਰ ਤੋਂ ਬਦਮਾਸ਼ਾਂ ਨਾਲ ਹਮਲਾ ਕਰਾ ਕੇ ਇਹ ਉੱਠਣੀ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਦੇ ਸਾਰੇ ਮੁਖੀਆਂ ਨੂੰ ਮਾਰ ਦਿੱਤਾ ਜਾਏਗਾ। ਪੰਥਕ ਲੀਡਰ ਸਾਰੇ ਇਕੱਠੇ ਹੋਣਗੇ, ਮੈਂ ਬਾਹਰੋਂ ਹਮਲਾ ਕਰਾ ਦਿਆਂਗਾ, ਆਪ ਥੋੜ੍ਹਾ ਜਿਹਾ ਪਿੱਛੇ ਰਵਾਂਗਾ, ਦੋਸ਼ ਇਹਦਾ ਮੈਂ ਬਦਮਾਸ਼ਾਂ 'ਤੇ ਸੁੱਟ ਦਿਆਂਗਾ। ਅਤੇ ਮਹੰਤ ਨੇ ਇਸ ਕਰਕੇ ਆ ਬਦਮਾਸ਼ ਜਿਹੜੇ ਸੀ ਇਕੱਠੇ ਕਰ ਲਏ। ਦੂਜੇ ਪਾਸੇ ਜਿਹੜੇ ਖਾਲਸਾ ਦੀਵਾਨ ਲਾਇਲਪੁਰ ਅਤੇ ਨਵੀਆਂ ਵਾਦੀਆਂ ਦੇ ਜਿਹੜੇ ਹੋਰ ਸਿੱਖ ਸਨ, ਉਹਨਾਂ ਨੇ ਅਕਾਲੀ ਦਲ ਖਰਾ ਸੌਦਾ ਜੋ ਸ਼ੇਖੂਪੁਰਾ ਅਤੇ ਗੁਜਰਾਂ ਵਾਲੇ ਦੇ ਜਿਹਨੂੰ ਬਾਰ ਦਾ ਇਲਾਕਾ ਉਸ ਵੇਲੇ ਕਿਹਾ ਜਾਂਦਾ ਸੀ, ਸ਼ੇਖੀਪੁਰ ਸ਼ੇਖੂਪੁਰਾ ਅਤੇ ਗੁਜਰਾਂ ਵਾਲਾ ਦਾ, ਕਿਉਂਕਿ ਮੈਂ ਉੱਥੋਂ ਦਾ ਜੰਮਪਲ ਨਹੀਂ, ਇਸ ਕਰਕੇ ਮੈਨੂੰ ਬਹੁਤੀ ਜਾਣਕਾਰੀ ਨਹੀਂ, ਪਰ ਜਿੰਨੀ ਮੈਂ ਕਿਤਾਬਾਂ 'ਚ ਪੜ੍ਹੀ ਜਿਸ ਇਲਾਕੇ ਬਾਰੇ, ਮੈਂ ਉਹਨਾਂ ਕੁ ਜ਼ਿਕਰ ਆਪ ਨਾਲ ਕਰ ਰਿਹਾ, ਜਿਹਨੂੰ ਇਹ ਬਾਹਰ ਦਾ ਇਲਾਕਾ ਉਸ ਵੇਲੇ ਜ਼ਿਕਰ ਕੀਤਾ ਜਾਂਦਾ ਸੀ, ਕਿਉਂਕਿ ਅਸੀਂ ਜਦੋਂ ਪਿੰਡਾਂ 'ਚ ਰਹਿੰਦੇ ਸੀ ਤਾਂ ਕਹਿੰਦੇ ਸੀ ਬਾਹਰ ਦੇ ਇਲਾਕੇ 'ਚੋਂ ਆਏ ਨੇ, ਤਾਂ ਬਾਹਰ ਦਾ ਇਲਾਕਾ ਉਸ ਇਲਾਕੇ ਨੂੰ ਗਿਣਿਆ ਜਾਂਦਾ ਜੋ ਸ਼ੇਖੂਪੁਰਾ ਦੇ ਗੁਜਰਾਂਵਾਲਾ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸਿੱਖ ਸਨ ਜਿਹੜੇ ਉੱਥੇ ਆਏ ਸਨ। ਤਾਂ ਮੈਨੂੰ ਜਿੰਨੀ ਕੁ ਜਾਣਕਾਰੀ ਹੈ, ਮੈਂ ਖਿਮਾ ਕਰਨਾ ਜੀ, ਮੈਂ ਮਾਫ਼ ਕਰਨਾ, ਮੈਂ ਉਹੀ ਨਹੀਂ ਕਿ ਸਾਂਝੀ ਆਪ ਨਾਲ ਕਰ ਰਿਹਾ, ਕਿਉਂਕਿ ਮੈਂ ਅਜੇ ਤੱਕ ਪਾਕਿਸਤਾਨ ਗਿਆ ਨਹੀਂ, ਨਾ ਮੈਨੂੰ ਉਹਦੀ ਜਾਣਕਾਰੀ ਹੈ। ਤਾਂ ਇੰਨੀ ਕੁ ਜਿਹੜੀ ਜਾਣਕਾਰੀ ਮੈਨੂੰ ਮਿਲਦੀ ਹੈ ਜਾਂ ਕਿਤਾਬਾਂ 'ਚੋਂ ਮਿਲਦੀ ਹੈ ਅਤੇ ਜਾਂ ਜਿਹੜਾ ਕੁਛ ਸੁਣੀ ਹੈ ਉਹ ਮਿਲਦੀ ਹੈ। ਤਾਂ ਉਹਨਾਂ ਦੇ ਉਹਨਾਂ ਇਹ ਜਿਹੜੇ ਇਹ ਇਲਾਕੇ ਦੇ ਸਿੱਖ ਸਨ, ਇਹਨਾਂ ਦਾ ਇੱਕ ਜੱਥਾ ਸੀ ਜਿਹਦੀ ਸਥਾਪਨਾ 24 ਦਸੰਬਰ 1920 ਨੂੰ ਕੀਤੀ ਗਈ, ਅਤੇ ਪਹਿਲੇ ਜਥੇਦਾਰ ਭਾਈ ਕਰਤਾਰ ਸਿੰਘ ਝੱਬਰ ਜਿਹੜੇ ਸਨ ਉਹਨਾਂ ਨੂੰ ਬਣਾਇਆ ਗਿਆ। ਭਾਈ ਝੱਬਰ ਸਿੰਘ ਕਰਤਾਰ ਸਿੰਘ ਝੱਬਰ ਦਾ ਇਹ ਇਰਾਦਾ ਸੀ ਕਿ ਨਨਕਾਣਾ ਸਾਹਿਬ ਨੂੰ ਪੰਥਕ ਹੱਥਾਂ ਵਿੱਚ ਲਿਆਉਣ ਦਾ ਕੰਮ ਜਿਹੜਾ ਹੈ ਉਹ ਦਾ ਸਿਹਰਾ ਮੇਰੇ ਸਿਰ 'ਤੇ ਭਾਵ ਉਹਨਾਂ ਦੇ ਸਿਰ 'ਤੇ ਉੱਤੇ ਹੋਵੇ, ਅਤੇ ਇਹਦੇ ਲਈ ਇਸ ਕੰਮ ਲਈ ਦੇਰੀ ਨਹੀਂ ਕਰਨੀ ਚਾਹੀਦੀ। ਇਸ ਨਾਲ ਹੀ 6 ਮਾਰਚ 1921 ਦਾ ਜਿਹੜਾ ਸਮਾਗਮ ਸੀ, ਸੰਗਤਾਂ ਦੇ ਲੰਗਰ ਦਾ ਪ੍ਰਬੰਧ ਲਛਮਣ ਸਿੰਘ ਜੀ ਧਾਰੋਵਾਲ, ਸਰ ਦਲੀਪ ਸਿੰਘ ਜੀ ਸਾਂਗਲਾ ਅਤੇ ਸਰ ਤੇਜਾ ਸਿੰਘ ਸਮੁੰਦਰੀ, ਜਿਨ੍ਹਾਂ ਦੇ ਨਾਂ 'ਤੇ ਅੱਜ ਹਾਲ ਬਣਿਆ ਹੋਇਆ ਦੇ ਸ਼੍ਰੋਮਣੀ ਕਮੇਟੀ ਦਾ ਜਿੱਥੇ ਮੁੱਖ ਦਫ਼ਤਰ ਹੈ, ਉਹ ਤੇਜਾ ਸਿੰਘ ਸਮੁੰਦਰੀ, ਸਰਦਾਰ ਕਰਤਾਰ ਸਿੰਘ ਜੀ ਝੱਬਰ, ਸਰ ਬਖਸ਼ੀਸ਼ ਸਿੰਘ ਜੀ, ਇਹਨਾਂ ਦੀ ਕਮੇਟੀ ਬਣਾ ਦਿੱਤੀ ਗਈ। ਇਹਨਾਂ ਨੂੰ ਆਟਾ ਦਾਣਾ ਰੁਪਈਆ ਇਕੱਠਾ ਕਰਨ ਅਤੇ ਦੀਵਾਨ ਦੇ ਲੰਗਰ ਅਤੇ ਹੋਰ ਚੀਜ਼ਾਂ ਦਾ ਇੰਤਜ਼ਾਮ ਕਰਨ ਦਾ ਸਾਰਾ ਕੰਮ ਸੌਂਪ ਦਿੱਤਾ ਗਿਆ, ਜਿਹੜੀ 5 ਅਤੇ 6 ਮਾਰਚ ਦੀ ਇਕੱਠ ਹੋਣਾ ਸੀ, ਲਾਹੌਰ ਮਹੰਤ ਦੇ ਨਾਲ ਜਿਹੜੀ ਗੱਲਬਾਤ ਜਿਹੜੀ ਕਰਨੀ ਸੀ। ਮਹੰਤ ਨੂੰ ਉਹਦੇ ਪਾਸੇ ਸਾਰੇ ਲਗਭਗ ਜਗੀਰਦਾਰ ਜਿਹੜੇ ਸਨ ਉਹਨਾਂ ਦੀ ਹਮਾਇਤ ਸੀ। ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਜੋ ਸਰਕਾਰ ਦੇ ਪਹਿਲਾਂ ਹੀ ਬੈ ਖਰੀਦ ਸਨ, ਇਸ ਮਜੀਠੀਆ ਦੇ ਕਿਉਂ ਸਰਕਾਰੀ ਬੈ ਖਰੀਦ ਭਾਵ ਮੁੱਲ ਖਰੀਦੇ ਉਹਨਾਂ ਦੇ ਨਾਲ ਨਾਲ ਰਲ ਕੇ ਚੱਲਦੇ ਸਨ। ਇਹ ਪੰਜਾਬ ਕੌਂਸਲ ਵਿੱਚ ਉਸ ਵੇਲੇ ਮਾਲ ਮੰਤਰੀ ਸੀ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ। ਚੀਫ ਖਾਲਸਾ ਦੀਵਾਨ ਜਿਹੜਾ ਉਹ ਸਰਕਾਰੀ ਪੱਖੀ ਸਰਕਾਰ ਪੱਖੀ ਹੋਣ ਕਰਕੇ ਬਦਨਾਮ ਹੋ ਚੁੱਕਾ ਸੀ। ਕੇਵਲ 2 ਮੈਂਬਰ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੇ ਹੋਏ ਸਨ, ਸਾਹਿਬੰਦ ਸਿੰਘ ਜੀ ਅਟਾਰੀ ਅਤੇ ਸਰਦਾਰ ਜੋਤ ਸਿੰਘ ਜੀ, ਪ੍ਰੋਫੈਸਰ ਜੋਤ ਸਿੰਘ ਜੀ, ਚੀਫ ਖਾਲਸਾ ਦੀਵਾਨ ਦੇ ਕੇਵਲ 2 ਮੈਂਬਰ। ਮਹੰਤ ਨੇ ਮਹਾਰਾਜਾ ਪਟਿਆਲੇ ਤੋਂ ਵੀ ਮਦਦ ਮੰਗੀ ਪਰ ਉਹ ਗੱਲ ਸਿਰੇ ਨਾ ਚੜ੍ਹੀ, ਉਹ ਗੱਲ ਵਿੱਚੇ ਹੀ ਟੁੱਟ ਗਈ। ਸਿਆਣਾ ਬੜਾ ਸੀ ਮਹੰਤ, ਸਾਸ਼ਾ ਘੜਨ ਦਾ ਮਾਹਰ ਸੀ। ਇੱਕ ਪਾਸੇ ਉਹ ਸਿੱਖ ਆਗੂਆਂ ਨੂੰ ਮਾਰ ਖਤਮ ਕਰਨ ਦਾ, ਮਾਰ ਮੁਕਾਉਣ ਦਾ ਪਲੈਨਿੰਗ ਕਰ ਰਿਹਾ ਸੀ, ਦੂਜੇ ਪਾਸੇ ਸਿੱਖ ਆਗੂਆਂ ਨਾਲ ਸਮਝੌਤੇ ਦੀਆਂ ਗੱਲਾਂ ਚਲਾ ਰਿਹਾ ਸੀ। ਇਸ ਸੁਲ੍ਹਾ ਦੀ ਮੀਟਿੰਗ 15 ਦਸੰਬਰ 1920 ਨੂੰ ਸ਼ੇਖੂਪੁਰੇ ਦੇ ਸਰਦਾਰ ਬੂਟਾ ਸਿੰਘ ਵਕੀਲ ਦੀ ਕੋਠੀ 'ਚ ਹੋਣੀ ਸੀ, ਪਰੰਤੂ ਮਹੰਤ ਦਾ ਸੁਨੇਹਾ ਪੁੱਜਾ ਕਿ ਉਹ 15 ਦਸੰਬਰ 1920 ਨੂੰ ਲਾਹੌਰ ਆ ਕੇ ਮੀਟਿੰਗ ਕਰੋ, ਉਹ ਪਰ ਉਹ ਮੀਟਿੰਗ ਵਿੱਚ ਵੀ ਮਹੰਤ ਜਿਹੜਾ ਸੀ ਆਪ ਸ਼ਾਮਲ ਨਾ ਹੋਇਆ ਅਤੇ ਨਾ ਹੀ ਉਹਦਾ ਕੁਛ ਸੁਨੇਹਾ ਆਇਆ। ਸਰਦਾਰ ਝੱਬਰ ਸਿੰਘ ਜੀ ਦਾ ਸੂਹਾ ਜੋ ਸਰਦਾਰ ਵਰਿਆਮ ਸਿੰਘ ਜੀ ਸਨ, ਇਹ ਸਰਦਾਰ ਮਿੰਟ ਗੁਮਰੀ ਦੇ ਰਹਿਣ ਵਾਲੇ ਸਰਦਾਰ ਆਪਣੇ ਸਰਦਾਰ ਵਰਿਆਮ ਸਿੰਘ ਜੀ ਜੋ ਮਿੰਟ ਗੁਮਰੀ ਦੇ ਰਹਿਣ ਵਾਲੇ ਸਨ, ਇਹ ਸਰਦਾਰ ਉੱਤਮ ਸਿੰਘ ਜੀ ਦੇ ਕਾਰਖਾਨਾ ਸੀ ਉੱਥੇ ਨਨਕਾਣਾ ਸਾਹਿਬ,
ਬਿਲਕੁਲ ਗੁਰਦੁਆਰਾ ਜਨਮ ਸਥਾਨ ਦੇ ਨੇੜੇ ਇੱਕ ਫੈਕਟਰੀ ਸੀ ਸਰ ਉੱਤਮ ਸਿੰਘ ਜੀ ਦੀ। ਨਨਕਾਣਾ ਸਾਹਿਬ ਦੇ ਮਹੰਤ ਦੀ ਕਾਰਵਾਈ ਦੀ ਸਾਰੀ ਖਬਰ ਜਿਹੜੀ ਸੀ ਸਰਦਾਰ ਵਰਿਆਮ ਸਿੰਘ ਜੀ ਦੇ ਰਾਹੀਂ ਸਰ ਕਰਤਾਰ ਸਿੰਘ ਜੀ ਨੂੰ ਪਹੁੰਚਦੀ ਸੀ ਵੀ ਮਹੰਤ ਕੀ ਕਰ ਰਿਹਾ ਹੈ। ਬਹੁਤ ਸਾਰੇ ਪੰਥ ਦਰਦੀ ਕੌਮ ਦੇ ਵਿੱਚ ਮੌਜੂਦ ਸਨ। ਪੰਥ ਦਾ ਦਰਦ ਰੱਖਣ ਵਾਲੇ ਹਮੇਸ਼ਾ ਹੀ ਕੌਮ ਵਿੱਚ ਰਹਿੰਦੇ ਨੇ, ਅੱਜ ਵੀ ਹਨ। ਉਦੋਂ ਵੀ ਸਰ ਵਰਿਆਮ ਸਿੰਘ ਜੀ ਉੱਤਮ ਸਿੰਘ ਦੇ ਕਾਰਖਾਨੇ ਵਿੱਚ ਮੁਨਸ਼ੀ ਜਿਹਨੂੰ ਅਕਾਊਂਟੈਂਟ ਅਸੀਂ ਕਹਿ ਲਈਏ ਹਿਸਾਬ ਕਿਤਾਬ ਦੇ ਰੱਖਣ ਵਾਲੇ ਸਨ। ਇਹ ਸਾਰੀ ਖਬਰ ਝੱਬਰ ਸਾਹਿਬ ਨੂੰ ਪਹੁੰਚਾਉਂਦੇ ਸੀ ਤੇ ਨਾਰਾਇਣ ਦਾਸ ਦੇ ਨਾਲ ਹੀ ਇਹ ਰਹਿੰਦੇ ਸੀ। ਉਹਨਾਂ ਨੇ ਸੁਨੇਹਾ ਦੱਸਿਆ ਕਿ ਕੱਲ ਰਾਤ ਮਹੰਤ ਨੇ ਆਪਣੀ ਜਿਹੜਾ ਮਕਾਨ ਦੇ ਵਿੱਚ ਗੁਪਤ ਮੀਟ ਕੀਤੀ ਹੈ, ਜਿਸ ਵਿੱਚ ਮਹੰਤ ਅਰਜਨ ਦਾਸ ਤੇ ਹੋਰ ਮਹੰਤ ਜਿਹੜੇ ਹਨ ਉਹ ਸ਼ਾਮਿਲ ਹੋਏ ਨੇ। ਤੇ ਉਸ ਮੀਟਿੰਗ ਦੇ ਵਿੱਚ ਮਹੰਤ ਨੇ ਮਾਝੇ ਦੇ ਬਦਮਾਸ਼ਾਂ ਨੂੰ 1.5 ਲੱਖ ਰੁਪਇਆ ਦੇਣਾ ਕੀਤਾ ਹੈ, ਸੌਦਾ ਕੀਤਾ ਮਹੰਤ ਨੇ। ਤੇ ਉਹ ਜਿਹੜੇ ਬਦਮਾਸ਼ ਨੇ ਉਹ 6 ਮਾਰਚ ਨੂੰ ਨਨਕਾਣਾ ਸਾਹਿਬ ਵਿੱਚ ਪਹੁੰਚਣਗੇ, ਜਿਸ ਵੇਲੇ ਪੰਥਕ ਮੁਖੀਆਂ ਦਾ ਇਕੱਠ ਹੋ ਰਿਹਾ ਹੋਵੇਗਾ। ਇਹ ਅਚਾਨਕ ਹਮਲਾ ਕਰ ਦੇਣਗੇ, ਉਹਨਾਂ ਨੂੰ ਸਾਰਿਆਂ ਨੂੰ ਘੋੜਿਆਂ ਤੇ ਚੜ੍ਹ ਕੇ ਜਾਂ ਉਹਨਾਂ ਦੇ ਉੱਤੇ ਘੋੜੇ ਚੜ੍ਹਾ ਦੇਣਗੇ। ਮਹੰਤ ਦੇ ਆਦਮੀ ਰੌਲਾ ਪਾਉਣਗੇ, ਫੜ ਲਓ ਫੜ ਲਓ ਫੜ ਲਓ, ਉਹਨਾਂ ਦਾ ਪਿੱਛਾ ਕਰਨਗੇ। ਪਰ ਮਹੰਤ ਆਪ ਜਿਹੜਾ ਹੈ ਉਹ ਸਾਹਮਣੇ ਨਹੀਂ ਆਏਗਾ। ਇਹ ਖਬਰ ਜਿਹੜੀ ਸੀ ਸਰਦਾਰ ਵਰਿਆਮ ਸਿੰਘ ਜੀ ਨੇ ਸਰ ਕਰਤਾਰ ਸਿੰਘ ਝੱਬਰ ਜੀ ਨੂੰ ਦਿੱਤੀ। ਹੁਣ ਇਸ ਰਿਪੋਰਟ ਨੇ ਸਰਦਾਰ ਕਰਤਾਰ ਸਿੰਘ ਝੱਬਰ ਤੇ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਅੱਖਾਂ ਖੋਲ ਦਿੱਤੀਆਂ, ਹੈਰਾਨ ਹੋ ਗਏ। ਝੱਬਰ ਜੀ ਨੇ ਆਪਣੇ ਮੁਖੀਆਂ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਕੀਤਾ ਕਿ ਲਾਹੌਰ ਦੇ ਵਿੱਚ 19 ਤੇ 20 ਫਰਵਰੀ ਨੂੰ 1921 ਨੂੰ ਇੱਕ ਸਨਾਤਨ ਸਿੱਖ ਕਾਨਫਰੰਸ ਹੋਣੀ ਹੈ। ਮਹੰਤ ਨਾਰਾਇਣ ਦਾਸ ਨੇ ਉੱਥੇ ਹਿੱਸਾ ਲੈਣਾ ਹੈ। ਗੁਰਦੁਆਰਾ ਜਨਮ ਸਥਾਨ ਤੇ ਉਸ ਵੇਲੇ ਕਬਜ਼ਾ ਕਰ ਲੈਣਾ ਚਾਹੀਦਾ ਜਦੋਂ ਮਹੰਤ ਉੱਥੋਂ ਗੈਰ ਹਾਜ਼ਰ ਹੋਏਗਾ। ਇਹਦੇ ਲਈ ਸਰ ਲਕਸ਼ਮਣ ਸਿੰਘ ਜੀ ਧਾਰੋਵਾਲ, ਸਰ ਟਹਿਲ ਸਿੰਘ ਜੀ ਲਾਇਲਪੁਰ, ਭਾਈ ਬੂਟਾ ਸਿੰਘ ਜੀ, ਸਰ ਤੇਜਾ ਸਿੰਘ ਜੀ ਸਲਾਹ ਨਾਲ ਫੈਸਲਾ ਹੋਇਆ ਕਿ 20 ਫਰਵਰੀ 1921 ਨੂੰ 4-5 ਹਜ਼ਾਰ ਦਾ ਜੱਥਾ ਲੈ ਕੇ ਨਨਕਾਣਾ ਸਾਹਿਬ ਪਹੁੰਚਿਆ ਜਾਵੇ। 20 ਫਰਵਰੀ 1921 ਨੂੰ ਭਾਈ ਲਕਸ਼ਮਣ ਸਿੰਘ ਜੱਥੇ ਨੇ ਧਾਰੋਵਾਲ ਦੇ ਜੱਥੇ ਨੂੰ ਧਾਰੋਵਾਲ ਤੋਂ ਚੱਲ ਕੇ ਪਿੰਡ ਧਾਰੋਵਾਲ ਤੋਂ ਚੱਲ ਕੇ ਝੱਬਰ ਜੀ ਦੇ ਜੱਥੇ ਨੂੰ ਨਨਕਾਣਾ ਸਾਹਿਬ ਤੋਂ 5 ਮੀਲ ਦੂਰ ਚੰਦਰਕੋਟ ਦੀ ਜਿੱਥੇ ਝਾਲ ਹੈ ਜਾਂ ਢਾਲ ਕਹਿੰਦੇ ਆ ਉੱਥੇ ਮਿਲਣਾ ਸੀ, ਦੋਨਾਂ ਨੇ ਇਕੱਠੇ ਹੋਣਾ ਸੀ। ਤੇ ਲਾਇਲਪੁਰ ਤੋਂ ਆਏ ਸਿੰਘਾਂ ਨੇ 20 ਫਰਵਰੀ ਸਵੇਰੇ 4 ਵਜੇ ਨਨਕਾਣਾ ਸਾਹਿਬ ਦੇ ਨੇੜੇ ਭੱਠੇ ਸਨ, ਉੱਥੇ ਪਹੁੰਚ ਕੇ ਤੇ ਜਨਮ ਸਥਾਨ ਦੇ ਸਵੇਰੇ 5 ਵਜੇ ਸਾਰਿਆਂ ਨੇ ਇਕੱਠੇ ਹੋ ਕੇ ਪਹੁੰਚ ਜਾਣਾ ਸੀ। ਭਾਵ 20 ਫਰਵਰੀ 1921 ਨੂੰ 5 ਵਜੇ ਸਵੇਰੇ ਪਹੁੰਚਣ ਦਾ ਨਿਰਣਾ ਹੋਇਆ ਵੀ ਦਰਬਾਰ ਸ੍ਰੀ ਨਨਕਾਣਾ ਸਾਹਿਬ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਜਾਵਾਂਗੇ। ਇਹ ਪ੍ਰੋਗਰਾਮ ਜਿਹੜਾ ਸੀ ਚਾਹੁੰਦੇ ਸੀ ਸ਼੍ਰੋਮਣੀ ਕਮੇਟੀ ਤੋਂ ਗੁਪਤ ਰੱਖਿਆ ਗਿਆ, ਕਿਉਂਕਿ 6 ਮਾਰਚ ਦਾ ਇਕੱਠ ਜਿਹੜਾ ਸੀ ਉਹ ਸਾਹਮਣੇ ਆਉਣ ਕਰਕੇ ਕਮੇਟੀ ਨੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ ਦੇਣੀ ਵੀ ਉੱਥੇ ਜਾਇਆ ਜਾਏ। ਪਰ ਕਿਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ ਤੇ ਸਰ ਤੇਜਾ ਸਿੰਘ ਸਮੁੰਦਰੀ ਨੂੰ ਜੋ ਲਾਇਲਪੁਰ ਗਏ ਹੋਏ ਸਨ ਪਤਾ ਲੱਗ ਗਿਆ। ਉਹਨਾਂ ਨੇ 19 ਫਰਵਰੀ ਸਵੇਰੇ 5 ਵਜੇ ਉੱਥੋਂ ਲੰਘਦਿਆਂ ਹੋਇਆ ਸੁੱਚਾ ਸਿੰਘ ਤੇ ਝੱਬਰ ਜੀ ਨੂੰ ਜੱਥਾ ਨਾ ਲੈ ਜਾਣ ਦਾ ਸੁਨੇਹਾ ਭੇਜਿਆ ਸੁੱਚਾ ਸਿੰਘ ਦੇ ਹੱਥ। ਲਾਹੌਰ ਭੇਜ ਪਹੁੰਚ ਕੇ ਉਹਨਾਂ ਨੇ ਫਿਰ ਇਹ ਕੰਮ ਭਾਈ ਦਲੀਪ ਸਿੰਘ ਜੀ ਤੇ ਸਰ ਜਸਵੰਤ ਸਿੰਘ ਝਬਾਲ ਨੂੰ ਸੌਂਪਿਆ ਵੀ ਕਿਸੇ ਵੀ ਢੰਗ ਦੇ ਨਾਲ ਇਹ ਜੱਥਿਆਂ ਨੂੰ ਰੋਕ ਲਿਆ ਜਾਵੇ, ਇਹ ਜੱਥੇ ਲੈ ਕੇ ਨਾ ਜਾਣ। ਇਸ ਵੇਲੇ ਤੱਕ ਕਾਫੀ ਸਿੰਘ ਜਿਹੜੇ ਸਨ ਉਹ ਪਹੁੰਚ ਚੁੱਕੇ ਸਨ, ਉੱਥੇ ਇਕੱਠੇ ਵੀ ਹੋ ਚੁੱਕੇ ਸਨ। ਜੱਥਾ ਸ਼ਾਮ ਨੂੰ ਨਨਕਾਣਾ ਸਾਹਿਬ ਵੱਲ ਨੂੰ ਇੱਥੋਂ ਚੱਲਣਾ ਸੀ, ਜੋ ਕੋਈ ਇਹ ਕਹਿ ਲਈਏ ਕਿ ਉੱਥੋਂ 15 ਕੋਹ ਲਿਖਿਆ ਹੋਇਆ ਕਿਤਾਬਾਂ ਦੇ ਵਿੱਚ, ਇਹ ਕਹਿ ਲਓ 30-40 ਮੀਲ ਦੀ ਦੂਰੀ ਦੇ ਉੱਤੇ ਜਿਹੜਾ ਹੈ ਉਹ ਹੋਏਗਾ। ਅਜੇ ਤੁਰਨ ਲੱਗੇ ਹੀ ਸਨ ਕਿ ਦਲੀਪ ਸਿੰਘ ਜੀ ਪਹੁੰਚ ਗਏ। ਸਰ ਦਲੀਪ ਸਿੰਘ ਜੀ ਬਹੁਤ ਸਤਿਕਾਰਤ ਹਸਤੀ ਸਨ ਸਿੱਖ ਉਹਨਾਂ ਦੇ ਸਿੱਖ ਕੌਮ ਦੇ ਵਿੱਚ, ਜਿਹਨਾਂ ਦਾ ਟਾਂਡਾ ਮਕੇਰੀਆਂ ਦੇ ਕੋਲ ਜਾਈਏ ਇਹਨਾਂ ਦਾ ਗੁਰਦੁਆਰਾ ਵੀ ਬਣਿਆ, ਉੱਥੋਂ ਦੇ ਰਹਿਣ ਵਾਲੇ, ਜਲੰਧਰ ਤੋਂ ਪਠਾਨਕੋਟ ਜਾਈਏ ਰਸਤੇ ਵਿੱਚ ਇਹਨਾਂ ਦਾ ਜਿਹੜਾ ਸਥਾਨ ਅੱਜ ਵੀ ਬਣਿਆ ਹੈ, ਉੱਥੋਂ ਦੇ ਰਹਿਣ ਵਾਲੇ ਸਨ।
ਸਰ ਦਲੀਪ ਸਿੰਘ ਜੀ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਬੜੀ ਲੰਬੀ ਵਿਚਾਰ ਤੋਂ ਬਾਅਦ ਤੇਜਾ ਸਿੰਘ ਜੀ ਨੇ ਕਿਹਾ ਝੱਬਰ ਸਾਹਿਬ ਜੇ ਤੁਸੀਂ ਸ਼੍ਰੋਮਣੀ ਪੰਥਕ ਜਥੇਦਾਰੀ ਦੇ ਹੁਕਮ ਦੀ ਉਲੰਘਣਾ ਕਰਕੇ ਨਨਕਾਣਾ ਸਾਹਿਬ ਲੈ ਜੱਥਾ ਲੈ ਕੇ ਚਲੇ ਗਏ ਤਾਂ ਤੁਸੀਂ ਪੰਥ ਦੇ ਤੇ ਗੁਰੂ ਦੇ ਸਦਾ ਲਈ ਦੇਣਦਾਰ ਹੋਵੋਗੇ। ਇਹ ਹੁਣ ਵਾਸਤਾ ਜਿਹੜਾ ਸੀ ਉਹ ਪਾ ਦਿੱਤਾ ਗਿਆ ਗੁਰੂ ਦਾ ਤੇ ਪੰਥ ਦਾ। ਝੱਬਰ ਜੀ ਨੇ ਕਿਹਾ ਠੀਕ ਹੈ ਤੁਹਾਡਾ ਫੈਸਲੇ ਅਨੁਸਾਰ ਜੇ ਲਛਮਣ ਸਿੰਘ ਹੁਰੀ ਨਨਕਾਣਾ ਸਾਹਿਬ ਦਾ ਜੱਥਾ ਲੈ ਕੇ ਪਹੁੰਚ ਗਏ ਤਾਂ ਉੱਥੇ ਜੋ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ। ਭਾਈ ਦਲੀਪ ਸਿੰਘ ਜੀ ਨੇ ਆਪਣੀ ਜਥੇ ਨੂੰ ਰੋਕਣ ਦੀ ਲਛਮਣ ਸਿੰਘ ਜੀ ਦੇ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਤੇ ਇੱਕ ਚਿੱਠੀ ਲਿਖੀ ਗਈ ਜਿਸ ਵਿੱਚ ਭਾਈ ਦਲੀਪ ਸਿੰਘ ਜੀ, ਭਾਈ ਜਸਵੰਤ ਸਿੰਘ ਜੀ ਝਬਾਲ ਤੇ ਹੋਰ 6 ਸਿੰਘਾਂ ਨੇ ਦਸਖਤ ਕੀਤੇ। 4 ਘੋੜ ਸਵਾਰ ਜਿਨ੍ਹਾਂ ਵਿੱਚ ਭਾਈ ਦਲੀਪ ਸਿੰਘ ਜੀ ਇੱਕ ਨਾਲ ਸਨ, ਜਥੇਦਾਰ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੇ ਲਈ ਇਹ ਤੁਰ ਗਏ। ਚੰਦਰਕੋਟ ਦੇ ਤੋਂ ਇਹ ਸਾਰੀ ਰਾਤ ਜਥੇ ਦੀ ਭਾਲ ਕਰਦੇ ਨੇ ਜਿੱਥੇ ਜਾ ਕੇ ਦੋਨਾਂ ਜਥਿਆਂ ਨੇ ਮਿਲਣਾ ਸੀ, ਪਰ ਇਕੱਲੇ ਦੁਕੱਲੇ ਸਿੰਘ ਤਾਂ ਮਿਲ ਗਏ ਪਰ ਜੱਥਾ ਨਹੀਂ ਮਿਲਿਆ। ਵੀ ਉਹਨਾਂ ਨੂੰ ਨਨਕਾਣਾ ਸਾਹਿਬ ਤੋਂ ਕਿਵੇਂ ਰੋਕਿਆ ਜਾਵੇ ਜਾਣ ਤੋਂ, ਇਹ ਜੱਥਾ ਉਹਨਾਂ ਨੂੰ ਨਹੀਂ ਮਿਲਿਆ। ਅੰਮ੍ਰਿਤ ਵੇਲੇ 4 ਵਜੇ ਦੇ ਕਰੀਬ ਇਹ ਜੱਥਾ ਜਿਹੜਾ ਸੀ ਲਛਮਣ ਸਿੰਘ ਧਾਰੋਵਾਲ ਦਾ, ਇਹ ਨਨਕਾਣਾ ਸਾਹਿਬ ਦੇ ਨੇੜੇ ਪਹੁੰਚ ਗਏ। ਇੱਥੇ ਵੀ ਕਿਉਂਕਿ ਪਹੁੰਚਣਾ ਉੱਥੇ ਸੀ ਪਰ ਉੱਥੇ ਜੱਥੇ ਦੇ ਆਉਣ ਦੇ ਕੋਈ ਨਾਮੋ ਨਿਸ਼ਾਨ ਨਹੀਂ ਸੀ ਦਿਸਦੇ। ਅਖੀਰ ਭਾਈ ਦਲੀਪ ਸਿੰਘ ਜੀ ਦੇ ਸਰ ਉੱਤਮ ਸਿੰਘ ਜੀ ਦੇ ਕਾਰਖਾਨੇ ਗਏ ਤੇ ਭਾਈ ਵਰਿਆਮ ਸਿੰਘ ਜੀ ਜਿਨ੍ਹਾਂ ਨੇ ਸਾਰੀ ਸੂਹ ਦਿੱਤੀ ਸੀ ਉਹਨਾਂ ਨੂੰ ਇਹ ਚਿੱਠੀ ਦਿੱਤੀ ਕਿ ਜੱਥੇ ਦੀ ਭਾਲ ਨਨਕਾਣਾ ਸਾਹਿਬ ਨੂੰ ਆਉਂਦੇ ਰਸਤਾ ਤੇ ਅਸੀਂ ਕਰਦੇ ਹਾਂ, ਸਾਰੇ ਅਸੀਂ ਇਕੱਠੇ ਹੋ ਕੇ ਕਰਾਂਗੇ ਤੇ ਮੇਰੀ ਬੇਨਤੀ ਹੈ ਜੀ। ਭਾਈ ਲਛਮਣ ਸਿੰਘ ਜੀ ਤੇ ਭਾਈ ਟਹਿਲ ਸਿੰਘ ਦਾ ਜੱਥਾ 19 ਫਰਵਰੀ ਨੂੰ ਆਪਣੇ ਪਿੰਡ ਤੋਂ ਤੁਰ ਪਿਆ ਸੀ। ਜੱਥੇ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਨੂੰ ਪੂਰਾ ਕਰਨ ਦੇ ਲਈ ਸਿਰ ਲਾਉਣ ਦਾ ਪ੍ਰਣ ਲੈ ਲਿਆ, ਜਿਹਨਾਂ ਵਿੱਚ 3 ਸਿੰਘਣੀਆਂ, ਜਿਹਨਾਂ ਵਿੱਚ ਭਾਈ ਲਛਮਣ ਸਿੰਘ ਜੀ ਦੀ ਸਿੰਘਣੀ ਵੀ ਸ਼ਾਮਲ ਸੀ। ਇਹ ਜੱਥਾ ਚੱਲ ਪਿਆ ਨਨਕਾਣਾ ਸਾਹਿਬ ਤੋਂ ਤਕਰੀਬਨ ਪਹੁੰਚਦੇ ਪਹੁੰਚਦੇ ਤਕਰੀਬਨ 150 ਦੇ ਕਰੀਬ ਸਿੰਘ ਜਿਹੜੇ ਸਨ ਇਹਦੇ ਚ ਹੋਰ ਸ਼ਾਮਿਲ ਹੋ ਗਏ। ਤੋ ਇਹ ਕੁਝ ਇਤਿਹਾਸਕਾਰਾਂ ਨੇ, ਜਿੱਦਾਂ ਸੋਹਣ ਸਿੰਘ ਜੋਸ਼ ਨੇ ਅਕਾਲੀ ਮੋਰਚਿਆਂ ਦਾ ਇਤਿਹਾਸ ਲਿਖਿਆ ਹੈ, ਉਹਨਾਂ ਨੇ ਨਨਕਾਣਾ ਸਾਹਿਬ ਤੋਂ ਬਾਹਰ ਇਹ ਲਿਖਿਆ ਕਿ ਉਹਨਾਂ ਨੂੰ ਭਾਈ ਦਲੀਪ ਸਿੰਘ ਦਾ ਸੁਨੇਹਾ ਭੱਠਿਆਂ ਦੇ ਕੋਲ ਮਿਲ ਗਿਆ ਪਰ ਵਾਪਸ ਜਾਣ ਨੂੰ ਰਾਜ਼ੀ ਹੋ ਗਏ ਕਿਉਂਕਿ ਉਹਨਾਂ ਦਾ ਉਹਨਾਂ ਨੇ ਹੋਰ ਕਿਸੇ ਢੰਗ ਨਾਲ ਇਤਿਹਾਸ ਲਿਖਿਆ। ਪਰ ਜੋ ਇਤਿਹਾਸ ਮਿਲਦਾ ਹੈ ਅਥੈਂਟਿਕ, ਉਸ ਇਤਿਹਾਸ ਮੁਤਾਬਕ ਜੋ ਮੈਂ ਆਪ ਜੀ ਨਾਲ ਵਿਚਾਰਾਂ ਕਰ ਰਿਹਾ, ਜੋ SCPC ਵੱਲੋਂ ਵੀ ਲਿਖਿਆ ਹੋਇਆ ਔਰ ਸਿੱਖ ਮਿਸ਼ਰੀ ਕਾਲਜ ਵੱਲੋਂ ਵੀ ਛਪੇ ਹੋਏ ਇਤਿਹਾਸ ਹਨ ਤੇ ਹੋਰ ਵੀ ਨਨਕਾਣਾ ਸਾਹਿਬ ਦੇ ਇਤਿਹਾਸ ਬਾਰੇ ਜਿਹੜੀਆਂ ਪੁਸਤਕਾਂ ਮਿਲਦੀਆਂ ਹਨ ਉਹਨਾਂ ਬਾਰੇ ਮੈਂ ਆਪ ਜੀ ਦਾ ਉਹਨਾਂ ਦਾ ਵਿਚਾਰ ਸਾਂਝੇ ਕਰ ਰਿਹਾ ਹਾਂ। ਤੋ ਚੰਦਰਕੋਟ ਦੀ ਤੋਂ ਝੱਬਰ ਜੀ ਦੇ ਜੱਥੇ ਦੀ ਖਬਰ ਦੇ ਉਹਨਾਂ ਨੇ ਆਉਣ ਤੋਂ ਪਹਿਲੇ ਚਾਲੇ ਪਾ ਦਿੱਤੇ ਸਨ। ਲਛਮਣ ਸਿੰਘ ਜੀ ਧਾਰੋਵਾਲ ਨੇ ਉਡੀਕਿਆ ਨਹੀਂ ਵੀ ਕਰਤਾਰ ਸਿੰਘ ਝੱਬਰ ਦਾ ਜੱਥਾ ਕਦੋਂ ਆਏਗਾ। ਇਹ ਸੋਚ ਲਿਆ ਵੀ ਜੇ ਚੰਗੇ ਕੰਮ ਲਈ ਆਇਆ ਤਾਂ ਫਿਰ ਦੇਰੀ ਕਿਉਂ ਕਰਨੀ ਹੈ, ਤੇ ਨਾਲੇ ਨਨਕਾਣਾ ਸਾਹਿਬ ਦੇ ਵੱਲੋਂ ਜਿਹੜਾ ਸੀ ਉਹ ਚਾਲੇ ਪਾ ਤੇ। ਸਾਹ ਲਛਮਣ ਸਿੰਘ ਜਥੇਦਾਰ ਨੇ ਕੋਟ ਦਰਬਾਰ ਦੀ ਜੂਹ ਵਿੱਚ ਜੱਥੇ ਨੂੰ ਰੋਕ ਕੇ ਸਾਰੇ ਸਿੰਘਾਂ ਨੂੰ ਹੱਥ ਨਾ ਉਠਾਉਣ ਦਾ, ਸ਼ਾਂਤਮਈ ਰਹਿਣ ਦਾ ਤੇ ਸ਼ਹੀਦੀ ਪ੍ਰਾਪਤ ਕਰਨ ਦਾ ਪ੍ਰਣ ਲੈ ਲਿਆ। ਇੱਥੋਂ ਅੱਗੇ ਵੱਧ ਕੇ ਜੱਥਾ ਜੇ ਗੁਰਦੁਆਰਾ ਜਨਮ ਸਥਾਨ ਤੋਂ ਕੋਈ ਅੱਧਾ ਕੁ ਮੀਲ ਤੇ ਭੱਠਿਆਂ ਵਾਲੀ ਥਾਂ ਤੇ ਪੁੱਜਾ ਤਾਂ ਜਥੇਦਾਰ ਲਛਮਣ ਸਿੰਘ ਜੀ ਨੇ ਆਪਣੀ ਸਿੰਘਣੀ ਬੀਬੀ ਇੰਦਰ ਕੌਰ ਤੇ 2 ਹੋਰ ਬੀਬੀਆਂ ਨੂੰ ਜੋ ਭਾਈ ਹਾਕਮ ਸਿੰਘ ਨਾਲ ਗੁਰਦੁਆਰਾ ਤੰਬੂ ਸਾਹਿਬ ਵੱਲ ਨੂੰ ਭੇਜ ਦਿੱਤਾ। ਭਾਈ ਟਹਿਲ ਸਿੰਘ ਜੀ ਨੇ ਆਪਣੀ ਜੇਬ ਵਿੱਚੋਂ 18 ਰੁਪਈਏ ਬੀਬੀ ਇੰਦਰ ਕੌਰ ਨੂੰ ਦਿੰਦੇ ਹੋਏ ਕਿਹਾ ਕਿ ਤੁਹਾਡੀਆਂ ਵਰਗੀਆਂ ਭੈਣਾਂ ਸ਼ਹੀਦੀ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾ ਦੇਣਗੀਆਂ, ਇਹ 18 ਰੁਪਈਏ ਮੇਰੀ ਜੇਬ ਵਿੱਚ ਹਨ, ਇਹ ਤੁਸੀਂ ਰੱਖ ਲਿਓ ਜਾ। ਇੱਥੇ ਫਿਰ ਜਥੇਦਾਰ ਲਛਮਣ ਸਿੰਘ ਜੀ ਨੇ ਇੱਕ ਅਰਦਾਸਾ ਸੋਧਿਆ, ਗੁਰੂ ਨਾਨਕ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਨ, ਇਰਾਦਾ ਧਾਰਿਆ ਹੈ ਤੇਰੇ ਦਰ ਤੇ ਹੋ ਰਹੀਆਂ ਕੁਰੀਤੀਆਂ ਨੂੰ ਆਪਣਾ ਖੂਨ ਪਾ ਕੇ ਧੋ ਦੇਣ ਦਾ, ਤੂੰ ਇਹ ਬਲ ਬਖਸ਼ੀ ਕਿ ਅਸੀਂ ਇਸ ਕੰਮ ਨੂੰ ਨੇਪਰੇ ਚਾੜ ਸਕੀਏ ਜਾਂ ਆਪਣੇ ਸਰੀਰ ਰੂਪੀ ਮਿੱਟੀ ਦੇ ਠੀਕਰੇ ਤੇਰੇ ਦਰ ਤੇ ਭੰਨ ਸਕੀਏ।
ਅਰਦਾਸਾ ਸਰ ਲਕਸ਼ਮਣ ਸਿੰਘ ਧਾਰੋਵਾਲ ਨੇ ਉੱਥੇ ਕੀਤਾ। ਜੱਥਾ ਅੱਗੇ ਵਧਣ ਹੀ ਲੱਗਾ ਸੀ ਕਿ ਸਾਹਿਬ ਰਿਆਮ ਸਿੰਘ ਜੀ ਜੋ ਸੂਹੀਏ ਦਾ ਕੰਮ ਕਰਦੇ ਸਨ ਉਹ ਜੱਥੇ ਨੂੰ ਮਿਲੇ। ਸ਼੍ਰੋਮਣੀ ਕਮੇਟੀ ਦੇ ਫੈਸਲੇ ਅਨੁਸਾਰ ਸਿੰਘਾਂ ਦੀ ਦਸਤਾਂ ਵਾਲੀ ਚਿੱਠੀ ਵੀ ਦਿਖਾ ਦਿੱਤੀ। ਜੱਥੇ ਨੂੰ ਚਿੱਠੀ ਵਿੱਚ ਪੈ ਗਿਆ ਵੀ ਹੁਣ ਕਰੀਏ ਕਿ ਇੱਕ ਪਾਸੇ ਇੱਧਰਲਾ ਹੁਕਮ ਹੈ, ਇੱਕ ਪਾਸੇ ਅਸੀਂ ਗੁਰੂ ਅੱਗੇ ਅਰਦਾਸ ਕਰ ਦਿੱਤੀ ਹੈ। ਟਹਿਲ ਸਿੰਘ ਹੋਰਾਂ ਨੇ ਕਿਹਾ, ਖਾਲਸਾ ਜੀ ਹੁਣ ਸੋਚਣ ਦਾ ਵੇਲਾ ਨਹੀਂ, ਅਸੀਂ ਆਪਣੀਆਂ ਜ਼ਿੰਦਗੀਆਂ ਗੁਰਦੁਆਰੇ ਦੀ ਸੇਵਾ ਵਿੱਚ ਲਾਉਣ ਦਾ ਵਚਨ ਕਰ ਚੁੱਕੇ ਹਾਂ। ਇਹੋ ਇਰਾਦਾ ਧਾਰ ਕੇ ਅਸੀਂ ਘਰਾਂ ਤੋਂ ਤੁਰੇ ਸਾਂ ਤੇ ਹੁਣੇ ਅਸੀਂ ਅਰਦਾਸ ਵੀ ਕੀਤੀ ਹੈ। ਆਪਣੇ ਕੀਤੇ ਵਚਨਾਂ ਤੋਂ ਫਿਰ ਜਾਣਾ ਸੂਰਮਿਆਂ ਦਾ ਕੰਮ ਨਹੀਂ ਹੁੰਦਾ। ਸਰ ਟਹਿਲ ਸਿੰਘ ਜੀ ਨੇ ਜਦੋਂ ਇਹ ਵਾਸਤਾ ਪਾਇਆ ਕਿ ਮੈਂ ਵਾਪਸ ਨਹੀਂ ਜਾਵਾਂਗਾ, ਕੋਈ ਮੇਰੇ ਨਾਲ ਤੁਰੇ ਜਾਂ ਨਾ ਤੁਰੇ, ਮੈਂ ਤਾਂ ਸਿੱਧਾ ਗੁਰਦੁਆਰੇ ਜਾਵਾਂਗਾ, ਜੋ ਬਹਾਨਾ ਵਰਤੇਗਾ ਉਹ ਵਰਤ ਜਾਵੇ, ਮੈਂ ਹੁਣ ਵਾਪਸ ਨਹੀਂ ਜਾ ਸਕਦਾ। ਕੋਈ ਮੇਰੇ ਨਾਲ ਜਾਣਾ ਚਾਹੁੰਦਾ, ਜਦੋਂ ਨਹੀਂ ਚਾਹੁੰਦਾ, ਤੁਹਾਡੀ ਇੱਛਾ ਹੈ, ਇਹ ਕਹਿ ਕੇ ਉਹ ਨਨਕਾਣਾ ਸਾਹਿਬ ਵੱਲ ਉਹਨੇ ਚਾਲੇ ਪਾ ਦਿੱਤੇ। ਫਿਰ ਕੌਣ ਸੀ ਜੋ ਪਿੱਛੇ ਹਟਦਾ? ਜਥਿਆਂ ਨੂੰ ਨਨਕਾਣਾ ਸਾਹਿਬ ਦੇ ਵਿੱਚ ਤਕਰੀਬਨ ਪਹੁੰਚ ਗਿਆ। ਦੂਜੇ ਪਾਸੇ ਮਹੰਤ ਨਰਾਇਣ ਦਾਸ ਨੇ ਜੋ ਲਾਹੌਰ ਸਿੰਘ ਸਨਾਤਨ ਸਿੰਘ ਕਾਨਫਰੰਸ ਜਾਣਾ ਸੀ, ਉਹਨੂੰ 19 ਫਰਵਰੀ ਸ਼ਾਮ ਨੂੰ 3:44 ਦੀ ਗੱਡੀ 'ਤੇ ਉਹ ਸਵਾਰ ਸੀ। ਗੱਡੀ ਚੱਲਣ ਤੋਂ ਪਹਿਲਾਂ ਹੀ ਕਿਸੇ ਨੇ ਆ ਕੇ ਉਹਨੂੰ ਖਬਰ ਦਿੱਤੀ ਕਿ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਜੱਥਾ ਜਿਹੜਾ ਹੈ ਉਹ ਆ ਗਿਆ ਹੈ। ਤਾਂ ਉਹਨੇ ਉਹ ਗੱਡੀ ਤੋਂ ਉਤਰ ਕੇ ਉਹ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਸਾਰੀ ਰਾਤ ਤਿਆਰੀ ਦੇ ਵਿੱਚ ਬਿਤਾਈ। ਪਹਿਲਾਂ ਆਪਣੇ ਟੱਬਰ ਦੇ ਬੰਦੇ ਲਾਹੌਰ ਘੱਲ ਦਿੱਤੇ, ਦੂਜੇ ਪਾਸੇ ਜ਼ਰੂਰੀ ਕਾਗਜ਼ਾਤ ਜਿਹੜੇ ਸੀ ਅਤੇ ਪੈਸਾ ਸੀ ਉਹ ਵੀ ਲਾਹੌਰ ਘੱਲ ਦਿੱਤਾ। ਜਿੰਨੇ 10 ਨੰਬਰ ਬਦਮਾਸ਼ ਸੀ ਸਾਰੇ ਗੁਰਦੁਆਰੇ ਅੰਦਰ ਸੱਦ ਲਏ ਗਏ, ਜਿਨ੍ਹਾਂ ਨੂੰ ਗਵਰਨਮੈਂਟ ਨੇ ਪਿੱਛੋਂ ਸਹਿ ਦਿੱਤੀ ਹੋਈ ਸੀ। ਅਤੇ ਸਵੇਰੇ ਤਕਰੀਬਨ 5 ਵਜੇ ਦੇ ਕਰੀਬ ਜੱਥਾ ਨਨਕਾਣਾ ਸਾਹਿਬ 'ਚ ਦਾਖਲ ਹੁੰਦਾ ਹੈ। ਇਸ਼ਨਾਨ ਕੀਤਾ ਤਲਾਬ ਦੇ ਵਿੱਚ ਜੋ ਸਰੋਵਰ ਬਣਿਆ ਸੀ, ਤਲਾਬ ਟਾਈਪ ਸਰੋਵਰ ਸੀ। ਤਕਰੀਬਨ 6:45 ਦੇ ਕਰੀਬ ਇਹ ਜੱਥਾ ਗੁਰਦੁਆਰੇ ਵਿੱਚ ਦਾਖਲ ਹੋਇਆ। ਮਹੰਤ ਦੇ ਗੁੰਡੇ ਬਦਮਾਸ਼ ਤਾਂ ਪਹਿਲਾਂ ਹੀ ਤਿਆਰ ਬੈਠੇ ਸਨ। ਪੁੱਜਦੇ ਸਾਰ ਇਸ ਤਰ੍ਹਾਂ ਲਕਸ਼ਮਣ ਸਿੰਘ ਦੀ ਧਾਰੋਵਾਲ ਸਾਰੇ ਸਿੰਘਾਂ ਨੂੰ ਆਪਣੀਆਂ ਡਿਊਟੀਆਂ ਲਾ ਦਿੱਤੀਆਂ। ਆਪ ਕੁਝ ਸਿੰਘਾਂ ਸਮੇਤ ਗੁਰਦੁਆਰੇ ਦੇ ਪ੍ਰਕਾਸ਼ ਸਥਾਨ ਦੇ ਅੰਦਰ ਦਾਖਲ ਹੋ ਗਏ। ਭਾਈ ਲਕਸ਼ਮਣ ਸਿੰਘ ਜੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ 'ਤੇ ਬੈਠ ਗਏ ਅਤੇ ਬਾਕੀ ਸਿੰਘ ਹੇਠਾਂ ਬੈਠ ਗਏ। ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਮਹੰਤ ਨਰਾਇਣ ਦਾਸ ਜੋ ਸਾਊਥ ਸਾਈਡ ਹੈ, ਦੱਖਣ ਵਾਲੇ ਪਾਸੇ ਇੱਕ ਖੂੰਜੇ ਦੇ ਵਿੱਚੋਂ, ਜਿਹਨੂੰ ਮਹਿਮਾਨ ਖਾਨਾ ਅਸੀਂ ਕਹਿੰਦੇ ਹਾਂ, ਗੈਸਟ ਹਾਊਸ ਅਸੀਂ ਕਹਿ ਦਿੰਦੇ ਹਾਂ, ਉਹਦੇ ਵਿੱਚੋਂ ਸਾਰਾ ਕੁਛ ਦੇਖ ਰਿਹਾ ਸੀ। ਉਹਨੇ ਆਪਣੇ ਆਦਮੀਆਂ ਨੂੰ ਕਾਰਵਾਈ ਕਰਨ ਦਾ ਹੁਕਮ ਦੇ ਚਾਹ ਦਿੱਤਾ। ਗੁਰਦੁਆਰੇ ਦੇ ਅੰਦਰ ਸੰਗਤ ਵਿੱਚ ਕੁਝ ਸਾਧੂ ਵੀ ਬੈਠੇ ਹੋਏ ਸਨ। ਉਹ ਪਲੈਨਿੰਗ ਅਨੁਸਾਰ ਬਣੀ ਹੋਈ ਵਿਉਧ ਅਨੁਸਾਰ ਹੌਲੀ ਹੌਲੀ ਉੱਠ ਕੇ ਉੱਥੋਂ ਖਿਸਕਣੇ ਸ਼ੁਰੂ ਹੋ ਗਏ। ਗੇਟ ਸਾਰੇ ਬੰਦ ਕਰ ਦਿੱਤੇ ਗਏ। ਜਨਮ ਸਥਾਨ ਦੇ ਜੋ ਸਾਊਥ ਸਾਈਡ ਦੀ ਜਿਹੜੀ ਕਮਰਿਆਂ ਵਿੱਚੋਂ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਿੰਟਾਂ ਦੇ ਵਿੱਚ ਹੀ ਜੋ ਸਿੰਘ ਪ੍ਰਕਾਸ਼ ਸਥਾਨ ਤੋਂ ਬਾਹਰ ਸਨ, ਛੱਤਾਂ ਤੋਂ ਚੱਲੀ ਗੋਲੀ ਦਾ ਨਿਸ਼ਾਨਾ ਬਣਨੇ ਸ਼ੁਰੂ ਹੋ ਗਏ। ਭਾਈ ਟਹਿਲ ਸਿੰਘ ਜੀ ਜੋ ਦੱਖਣੀ ਦਰਵਾਜ਼ੇ ਦੇ ਉੱਤੇ ਸੇਵਾ ਦੀ ਡਿਊਟੀ ਦੇ ਰਹੇ ਸਨ, ਉਹ ਵੀ ਸ਼ਹੀਦ ਹੋ ਗਏ। ਮਹੰਤ ਦੇ ਆਦਮੀ ਫਿਰ ਉਸ ਤੋਂ ਬਾਅਦ ਬੰਦੂਕਾਂ, ਬਰਛਿਆਂ, ਗੜਾਸਿਆਂ ਦੇ ਨਾਲ ਹੇਠਾਂ ਉਤਰਾਏ ਅਤੇ ਪ੍ਰਕਾਸ਼ ਸਥਾਨ ਦੇ ਜਿਹੜਾ ਵੈਸਟ ਸਾਈਡ ਦਾ ਦਰਵਾਜ਼ਾ ਸੀ ਉਹਨੂੰ ਉਹਦੇ ਰਾਹੀਂ ਦਾਖਲ ਹੋ ਕੇ ਗੋਲੀਆਂ ਮਾਰ ਮਾਰ ਕੇ ਅੰਦਰ ਬੈਠੇ ਸਿੰਘਾਂ ਨੂੰ ਜਾਂ ਸ਼ਹੀਦ ਕਰ ਦਿੱਤਾ ਗਿਆ ਜਾਂ ਜ਼ਖਮੀ ਕਰ ਦਿੱਤਾ ਗਿਆ। ਕਈ ਗੋਲੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੰਘ ਕੇ ਸਾਹਮਣੀ ਦੀਵਾਰ ਨਾਲ ਵੱਜੀਆਂ, ਜਿਨ੍ਹਾਂ ਦੇ ਨਿਸ਼ਾਨ ਅੱਜ ਤੱਕ ਵੀ ਮੌਜੂਦ ਹਨ। ਫੱਟੜ ਹੋਏ ਸਿੰਘਾਂ ਦੇ ਖੂਨ ਦੇ ਪਰਨਾਲੇ ਅੰਦਰੋਂ ਚੱਲਣੇ ਸ਼ੁਰੂ ਹੋ ਗਏ। ਗੁਰਦੁਆਰਾ ਜਨਮ ਸਥਾਨ 'ਤੇ ਜਦੋਂ ਅੰਦਰ ਗੋਲੀ ਚੱਲੀ ਤਾਂ ਭਾਈ ਦਲੀਪ ਸਿੰਘ ਜੀ, ਜਿਨ੍ਹਾਂ ਨੂੰ ਇਹ ਸੇਵਾ ਲੱਗੀ ਸੀ ਵੀ ਮੈਂ ਜਾ ਕੇ ਜੱਥਾ ਰੋਕ ਲਵਾਂਗਾ, ਭਾਈ ਵਰਿਆਮ ਸਿੰਘ ਜੀ ਅਤੇ ਭਾਈ ਜਥੇਦਾਰ ਬੂਟਾ ਸਿੰਘ ਜੀ ਅਤੇ ਸਰ ਉੱਤਮ ਸਿੰਘ ਜੀ, ਜਿਨ੍ਹਾਂ ਦਾ ਉਹ ਕਾਰਖਾਨਾ ਸੀ, ਉਹਨਾਂ ਨੇ ਸਾਰੀ ਗੱਲਾਂ ਆਵਾਜ਼ ਉੱਥੇ ਸੁਣੀ। ਸੁਣਦੇ ਸਾਰ ਹੀ ਭਾਈ ਦਲੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਜੀ ਦਾ ਗੁਰਦੁਆਰੇ ਵੱਲ ਨੂੰ ਭੱਜ ਪਏ। ਭਾਈ ਵਰਿਆਮ ਸਿੰਘ ਹੋਰੀ ਲਛਮਣ ਸਿੰਘ ਦੇ ਜੱਥੇ ਨੂੰ ਵਾਪਸ ਮੋੜਨ ਵਿੱਚ
ਅਸਫਲ ਹੋਣ ਤੇ ਭਾਈ ਦਲੀਪ ਸਿੰਘ ਨੂੰ ਗੱਲ ਦੱਸਣ ਲਈ ਅਜੇ ਕਾਰਖਾਨੇ ਪੁੱਜੇ ਹੀ ਸਨ ਕਿ ਅਜੇ ਆਪਣੀ ਗੱਲ ਦੱਸ ਹੀ ਰਹੇ ਸਨ ਕਿ ਇਹ ਗੋਲੀਆਂ ਚੱਲਣ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪੈ ਗਈ। ਭਾਵੇਂ ਉੱਤਮ ਸਿੰਘ ਜੀ ਨੇ ਇਹਨਾਂ ਨੂੰ ਬੜਾ ਰੋਕਿਆ ਪਰ ਉਹਨਾਂ ਨੇ ਇੱਕ ਨਹੀਂ ਸੁਣੀ। ਭਾਈ ਦਲੀਪ ਸਿੰਘ ਦੇ ਅੰਦਰਲੀ ਮਨ ਦੀ ਹਾਲਾਤ ਤਾਂ ਕਮਾਲ ਦੀ ਸੀ, ਜਿਹਨਾਂ ਨੂੰ ਸ਼ਬਦਾਂ 'ਚ ਬਿਆਨ ਕਰਨਾ ਵੀ ਔਖਾ ਹੈ, ਕਿਉਂਕਿ ਉਹ ਵਾਅਦਾ ਕਰਕੇ ਆਏ ਸੀ ਕਿ ਸਰ ਲਛਮਣ ਸਿੰਘ ਦੇ ਜੱਥੇ ਨੂੰ ਰੋਕ ਲੈਣਗੇ, ਪਰ ਇਹ ਕੰਮ ਕਰਨ ਵਿੱਚ ਨਾਕਾਮ ਰਹੇ। ਉਹਨਾਂ ਨੇ ਮਹੰਤ ਨੂੰ, ਮਹੰਤ ਜਿਹੜਾ ਸੀ ਸਾਹਿਬ ਰਾਮ ਸਿੰਘ ਜੀ ਨੂੰ ਨਾਲ ਲੈ ਲਿਆ, ਸਾਹਿਬ ਦਲੀਪ ਸਿੰਘ ਜੀ ਨੇ ਸਾਹਿਬ ਰਾਮ ਸਿੰਘ ਜੀ ਨੂੰ ਨਾਲ ਲਿਆ ਤੇ ਨਨਕਾਣਾ ਸਾਹਿਬ ਵੱਲ ਭੱਜ ਗਏ। ਮਹੰਤ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਸਤਿਕਾਰ ਵੀ ਕਰਦਾ ਸੀ। ਜਦੋਂ ਦੋਨੇ ਦਰਸ਼ਨੀ ਦਰਵਾਜ਼ੇ ਦੇ ਅੱਗੇ ਪਹੁੰਚੇ ਤਾਂ ਮਹੰਤ ਉਸ ਵੇਲੇ ਬਾਹਰੋਂ ਆਏ ਨਵੇਂ ਸਿੰਘਾਂ ਦੇ ਉੱਤੇ ਹਮਲਾ ਕਰ ਰਿਹਾ ਸੀ। ਭਾਈ ਜੀ ਨੇ ਹੱਥ ਜੋੜ ਕੇ ਆਖਿਆ, ਮਹੰਤ ਜੀ ਇਹ ਕਤਲ ਨਾ ਕਰੋ, ਬੰਦ ਕਰ ਦਿਓ ਇਹ ਕਤਲੇਆਮ, ਮੈਂ ਅੱਜ ਵੀ ਤੁਹਾਨੂੰ ਪੁਲਿਸ ਤੋਂ ਮਾਫ਼ੀ ਦਵਾ ਦਿਆਂਗਾ। ਪਰ ਮਹੰਤ ਤਾਂ ਅੰਨਾ ਹੋਇਆ ਪਿਆ ਸੀ। ਦਲੀਪ ਸਿੰਘ ਨੂੰ ਪਿਸਤੌਲ ਦੀ ਗੋਲੀ ਦੇ ਨਾਲ ਉਹਨਾਂ ਨੇ ਉੱਥੇ ਹੀ ਸ਼ਹੀਦ ਕਰ ਦਿੱਤਾ। ਮਹੰਤ ਨੇ ਬੰਦਿਆਂ ਨੇ ਸਾਹਿਬ ਰਾਮ ਸਿੰਘ ਦੇ ਵੀ ਟੋਟੇ ਕਰ ਦਿੱਤੇ, ਟੁਕੜੇ ਕਰ ਦਿੱਤੇ। ਇਹਨਾਂ ਦੋਹਾਂ ਸਿੰਘਾਂ ਦੇ ਸਰੀਰਾਂ ਨੂੰ 5-6 ਸਿੰਘਾਂ ਦੇ ਨਾਲ ਲੱਗਦੇ ਘੁਮਿਆਰਾਂ ਦੀਆਂ ਭੱਠੀਆਂ ਵਿੱਚ ਸੁੱਟ ਦਿੱਤਾ ਗਿਆ, ਭੱਠੀਆਂ 'ਚ ਪਾ ਕੇ ਸਾੜ ਦਿੱਤਾ ਗਿਆ। ਤੋ ਇਹ ਇੱਕ ਲੰਬੀ ਵਾਰਦਾਤ ਹੈ, ਮੈਂ ਇਹਨੂੰ ਬਹੁਤਾ ਹੋਰ ਲੰਬਾ ਨਾ ਕਰਾਂ। ਵੀ ਇਹ ਉੱਥੇ ਇਹ ਕਹਿ ਸਕਦੇ ਹਾਂ ਕਿ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਜਾਂ ਫੱਟੜ ਹੋ ਗਏ ਤਾਂ ਮਹੰਤ ਨੇ ਆਰਡਰ 'ਚ ਹੁਕਮ ਚਾੜ ਦਿੱਤਾ ਕਿ ਸਾਰੀਆਂ ਲਾਸ਼ਾਂ ਨੂੰ ਇਕੱਠੀਆਂ ਕਰ ਲਓ, ਸਿਰਫ 4 ਲਾਸ਼ਾਂ ਰਹਿਣ ਦਿਓ, ਬਾਕੀ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿਓ। ਉਹਨਾਂ ਲਾਸ਼ਾਂ ਵਿੱਚੋਂ ਇੱਕ ਸਰ ਮੰਗਲ ਸਿੰਘ, ਜੋ ਜਿਹਨਾਂ ਨੂੰ ਮਜ਼੍ਹਬੀ ਸਿੰਘ ਦੇ ਵਿੱਚੋਂ ਸਿੰਘ ਸਜੇ ਸਨ, ਭਾਈ ਲਛਮਣ ਸਿੰਘ ਜੀ ਦਾ ਪੁੱਤਰ ਬਣਿਆ ਹੋਇਆ ਸੀ। ਇੱਕ ਸਾਧੂ ਦੀ ਲਾਸ਼ ਵੀ ਸੀ ਜੋ ਕਿਸੇ ਬਦਮਾਸ਼ ਦੀ ਗੋਲੀ ਦੇ ਨਾਲ ਮਾਰਿਆ ਗਿਆ ਸੀ। ਇਸ ਤਰ੍ਹਾਂ 3-4 ਢੇਰ ਜਿਹੜੇ ਬਣਾ ਦਿੱਤੇ ਗਏ ਤੇ ਲਾਸ਼ਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਤੇ ਸਰ ਲਛਮਣ ਸਿੰਘ ਜੀ ਜੰਡ ਨਾਲ ਬੰਨ ਕੇ ਸਾੜ ਦਿੱਤੇ ਗਏ। ਅੱਜ ਵੀ ਨਨਕਾਣਾ ਸਾਹਿਬ ਦੀ ਜੰਡ ਉੱਥੇ ਹੈ, ਜਿਹੜੀਆਂ ਤਸਵੀਰਾਂ ਨਹੀਂ ਸਾਨੂੰ ਮਿਲਦੀ ਹੈ। ਤਾਰਾਂ ਨਾਲ ਬਲਿਆ ਹੋਇਆ ਅੱਧ ਸੜਿਆ ਸਰੀਰ ਬਾਅਦ ਵਿੱਚ ਸਿੱਖਾਂ ਨੇ ਅੱਖੀ ਵੇਖਿਆ। ਇਹ ਜੰਡ ਅੱਜ ਵੀ ਯਾਦ ਆਉਂਦੀ ਹੈ ਉਸ ਸ਼ਹੀਦੀ ਸਾਕੇ ਦੀ। ਇਸ ਤੋਂ ਬਾਅਦ ਮਹੰਤ ਘੋੜ ਸੋ ਤੇ ਸਵਾਰ ਹੋ ਕੇ ਕੁਝ ਸਾਥੀਆਂ ਨਾਲ ਸ਼ਹਿਰ ਵੱਲ ਨੂੰ ਚਲਾ ਗਿਆ ਤੇ ਜਿੱਥੇ ਵੀ ਕੋਈ ਸਿੱਖ ਦਿਸਿਆ ਉਹਨੂੰ ਜਿਹੜਾ ਸੀ ਮਾਰ ਦਿੱਤਾ ਗਿਆ। ਕਤਲਾਮ ਦੀ ਇਸ ਖਬਰ ਨੂੰ ਚੰਗੀ ਤਰ੍ਹਾਂ ਤਸਦੀਕ ਹੋਣ ਤੇ ਡਿਸਟ੍ਰਿਕਟ ਇੰਜੀਨੀਅਰ ਸਰਦਾਰ NS ਸੰਧੂ ਦੇ ਇੱਕ ਆਪਣਾ ਖਾਸ ਆਦਮੀ ਤਕਰੀਬਨ 2:15 ਵਜੇ ਘੋੜੇ ਦੇ ਉੱਤੇ ਡਿਪਟੀ ਕਮਿਸ਼ਨਰ ਕਰੀਵਾਲ ਭੇਜਿਆ ਤਾਂ ਜੋ ਖੁਦ ਮੌਕੇ ਤੇ ਆ ਕੇ ਸਿਆਕਾ ਅੱਖਾਂ ਵੱਲ ਵੇਖ ਲਵੇ। DC 12 ਮੀਲ ਨਨਕਾਣੇ ਤੋਂ ਦੂਰ ਉਹਨਾਂ ਦਾ ਅਸਥਾਨ ਸੀ ਜਿੱਥੇ ਉਹ ਰਹਿੰਦਾ ਸੀ, DC ਡਿਪਟੀ ਕਮਿਸ਼ਨਰ। ਉੱਧਰ ਉੱਤਮ ਸਿੰਘ ਜੀ ਨੇ ਕੋਈ 9:15 ਵਜੇ ਦੇ ਕਰੀਬ ਸਰਦਾਰ ਕਰਮ ਸਿੰਘ ਦੇ ਸਟੇਸ਼ਨ ਮਾਸਟਰ ਰਾਹੀਂ ਹਰ ਪਾਸੇ ਟੈਲੀਗ੍ਰਾਮ ਤਾਰਾਂ ਦਵਾ ਦਿੱਤੀਆਂ ਤੇ ਪੰਜਾਬ ਦੇ ਗਵਰਨਰ, ਕਮਿਸ਼ਨਰ, DC ਤੇ ਸੁਪਰਡੈਂਟ ਨੂੰ ਵੀ ਤਾਰਾਂ ਭੇਜ ਦਿੱਤੀਆਂ। ਸਾਰੇ ਸਿੱਖ ਕੇਂਦਰਾਂ ਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਵੀ ਖਬਰ ਪਹੁੰਚਾ ਦਿੱਤੀ ਗਈ। ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਜਿਹੜੀ ਸੀ ਉਹ ਮੱਚ ਗਈ। ਹੁਣ ਇਸ ਸਾਕੇ ਦੇ ਫੌਰਨ ਪਿੱਛੋਂ ਨਨਕਾਣਾ ਸਾਹਿਬ ਦੇ ਆਉਣ ਜਾਣ ਵਾਲੇ ਹਰ ਰਾਹ ਦੇ ਉੱਤੇ ਰਸਤੇ ਬੰਦ ਕਰ ਦਿੱਤੇ ਗਏ। ਰਾਤ ਨੂੰ ਕੋਈ 9:15 ਵਜੇ ਦੇ ਕਰੀਬ ਲਾਹੌਰ ਤੋਂ ਕਿਫਿੰਗਰ ਕਿੰਗ ਤੇ DIG ਪੁਲਿਸ ਸਪੈਸ਼ਲ ਗੱਡੀ ਰਾਹੀਂ ਇੱਥੇ ਪਹੁੰਚੇ। ਉਹਨਾਂ ਦੇ ਨਾਲ 200 ਫੌਜੀ ਸਨ। ਉਹਨਾਂ ਤੋਂ ਉਸ ਤੋਂ ਬਾਅਦ ਮਹੰਤ ਨਰਾਇਣ ਦਾਸ ਤੇ 2 ਹੋਰ ਉਸਦੇ ਪਿੱਠੂ ਜਿਹੜੇ ਸੀ ਉਹ ਫੜ ਕੇ ਸਪੈਸ਼ਲ ਟ੍ਰੇਨ ਰਾਹੀਂ ਲਾਹੌਰ ਭੇਜ ਦਿੱਤੇ ਗਏ। ਤਦ ਕਿ ਇੰਨਾ ਕੁ ਸਮਾਂ ਦਿੱਤਾ ਕਿ ਜਿਹੜੇ ਬਦਮਾਸ਼ ਉੱਥੇ ਹਨ ਉਹ ਸਾਰਾ ਹੀ ਭਜਾ ਦਿੱਤੇ ਜਾਣ, ਤਦ ਕਿ ਕੋਈ ਇਹ ਨਾ ਹੋਵੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਜੇ ਇਹ ਕਹਿ ਲਈਏ ਸਾਰਿਆਂ ਨੂੰ ਭੇਜ ਕੇ ਤੇ ਗੁਰਦੁਆਰੇ ਨੂੰ ਲੌਕ ਜਿਹੜਾ ਸੀ ਕਰ ਦਿੱਤਾ ਗਿਆ। 20-21 ਫਰਵਰੀ ਦੇ ਵਿੱਚ ਕੁਝ ਆਗੂ ਨਨਕਾਣਾ ਸਾਹਿਬ ਪਹੁੰਚ ਗਏ
ਜਿਹੜਾ ਸਾਹਿਬ ਮਹਤਾਬ ਸਿੰਘ ਤਾਂ 20 ਤਰੀਕ ਨੂੰ ਹੀ ਇਹ ਉੱਥੇ ਪਹੁੰਚ ਗਏ ਸਨ। 21 ਫਰਵਰੀ ਨੂੰ ਹੋਰ ਕੋਈ ਸਿੱਖ ਆਗੂ ਤੇ ਡਾਕਟਰ ਜਿਹੜੇ ਸੀ ਉਹ ਵੀ ਪਹੁੰਚੇ। ਇਹਨਾਂ ਵਿੱਚ ਸਤ ਸੁੰਦਰ ਸਿੰਘ ਜੀ ਰਾਮਗੜੀਆ ਤੇ ਹਰਬੰਸ ਸਿੰਘ ਜੀ ਟਾਰੀ ਸਨ। 21 ਤਰੀਕ ਨੂੰ ਸਵੇਰੇ 8 ਵਜੇ ਪੜਤਾਲ ਦਾ ਕੰਮ ਸ਼ੁਰੂ ਹੋਇਆ। ਸਾਰਾ ਗੁਰਦੁਆਰਾ ਸ਼ਮਸ਼ਾਨ ਭੂਮੀ ਬਣਿਆ ਪਿਆ ਸੀ। ਕੇਸ ਦੇ ਕੰਘੇ ਥਾਂ ਥਾਂ ਤੇ ਡਿੱਗੇ ਪਏ ਸਨ। ਜਦੋਂ ਮੈਂ ਇਹ ਗੱਲ ਪੜ੍ਹਦਾ ਤਾਂ ਮੈਨੂੰ 1984 ਦੀ ਯਾਦ ਆਉਂਦੀ ਹੈ। ਇਹ ਜਦੋਂ ਸਾਕੇ ਨੂੰ ਮੈਂ ਪੜ੍ਹਦਾ ਬਾਰ ਬਾਰ, ਜਦੋਂ ਮੈਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਜਾਣ ਦਾ ਦਰਬਾਰ ਸਾਹਿਬ ਮੌਕਾ ਮਿਲਿਆ, ਉਸ ਵੇਲੇ 8-9 ਦਿਨ ਹੋ ਚੁੱਕੇ ਸਨ, ਪਰ ਉਸ ਵੇਲੇ ਵੀ ਕੜੇ ਕੰਘੇ, ਕੇਸ, ਮਾਸ ਦੇ ਟੁਕੜੇ, ਬੂਟੀਆਂ ਜੋ ਨਾਲ ਦੇ ਕਮਰੇ ਉਹਨਾਂ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਸਨ। ਇਹ ਸਾਕਾ ਵੀ ਨਵੇਂ ਢੰਗ ਨਾਲ ਨਹੀਂ ਵਾਪਰਦੇ। ਤਾਂ ਇਹ ਹਰ ਥਾਂ ਤੇ ਉਹਨਾਂ ਨੇ ਦੇਖਿਆ ਵੀ 5 ਲਾਸ਼ਾਂ ਦੇ ਅੱਡ ਅੱਡ ਢੇਰ ਜਿਹੜੇ ਵਿਹੜੇ 'ਚ ਲੱਗੇ ਸੀ। ਚਖੰਡੀ ਦੇ ਜਿਹੜਾ ਜਿਹੜਾ ਪ੍ਰਕਾਸ਼ ਸਥਾਨ ਸੀ ਉਹਦੀ ਉੱਪਰਲੀ ਪਰਿਕਰਮਾ 'ਚ 3 ਲਾਸ਼ਾਂ ਪਈਆਂ ਸੀ। ਤਾਂ ਇਹ ਕਹਿ ਲਓ 56 ਖੋਪੜੀਆਂ ਦੇ ਢੇਰ ਤੋਂ ਇਲਾਵਾ ਭੱਠੇ ਵਿੱਚੋਂ ਵੀ 6 ਕੜੇ ਨਿਕਲੇ। ਕੁੱਲ ਮਿਲਾ ਕੇ 150 ਦੇ ਕਰੀਬ ਸ਼ਹੀਦੀ ਜਿਹੜੀ ਹੈ ਉਹ ਇੱਥੇ ਸਿੰਘਾਂ ਦੀ ਹੋਈ, ਜਿਹਦੇ ਵਿੱਚੋਂ ਨਾਮ ਕੇਵਲ 86 ਅਤੇ 86 ਦੇ ਹੀ ਸਾਨੂੰ ਮਿਲਦੇ ਹਨ। ਗੁਰਦੁਆਰੇ ਤੋਂ ਬਾਹਰ ਵੀ ਜਿਹੜੇ ਹੋਰ ਸਿੰਘ ਸ਼ਹੀਦ ਕੀਤੇ ਉਹਨਾਂ ਦਾ ਵੇਰਵਾ ਨਹੀਂ ਮਿਲਦਾ। ਇਹ ਸਾਡੇ ਇਤਿਹਾਸ ਦੀ ਕਮਜ਼ੋਰੀ ਹੈ ਕਿ ਅਸੀਂ ਇਸ ਇਤਿਹਾਸ ਵਿੱਚ ਇੰਨੇ ਕਮਜ਼ੋਰ ਹਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਸਾਂਭ ਕੇ ਨਹੀਂ ਰੱਖ ਸਕਦੇ, ਆਪਣਾ ਵਿਰਾਸਤ ਵੀ ਨਹੀਂ ਸਾਂਭ ਸਕੇ। ਜਦੋਂ ਸਰਦਾਰ ਕਰਤਾਰ ਸਿੰਘ ਝੱਬਰ ਜੀ ਨੂੰ ਇਹ ਖਬਰ ਮਿਲੀ ਤੇ ਉਸ ਵੇਲੇ ਤਕਰੀਬਨ ਉੱਥੇ 80-90 ਦੇ ਕਰੀਬ ਸਿੰਘ ਹਾਜ਼ਰ ਸਨ। ਉਹਨਾਂ ਨੇ ਉਸੇ ਵੇਲੇ ਅਰਦਾਸਾ ਸੋਧਿਆ ਤੇ ਨਨਕਾਣਾ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। 40 ਸਿੰਘ ਘੋੜਿਆਂ ਤੇ ਦੌੜਾਏ ਗਏ ਤੇ ਖਬਰ ਦਿੰਦੇ ਪਿੰਡਾਂ ਪਿੰਡਾਂ 'ਚ ਭੇਜ ਦਿੱਤੇ ਗਏ। ਤੋ 20 ਫਰਵਰੀ ਰਾਤ 11 ਵਜੇ ਤੱਕ 1500 ਸਿੰਘਾਂ ਦੀ ਗਿਣਤੀ ਜਿਹੜੀ ਸੀ ਉਹ ਉੱਥੇ ਹੋਈ, ਪਰ ਥੋੜ੍ਹੀ ਦੇਰ ਦਾ ਹੁੰਦਿਆਂ ਹੀ ਇਹ ਗਿਣਤੀ 4000 ਦੇ ਉੱਤੇ ਪਹੁੰਚ ਗਈ, ਜਿਹਨਾਂ ਵਿੱਚ ਬੀਬੀਆਂ ਵੀ ਸ਼ਾਮਿਲ ਸਨ ਤੇ ਬਜ਼ੁਰਗ ਵੀ ਸ਼ਾਮਿਲ ਸਨ। ਇਹ ਜੱਥਾ ਨਨਕਾਣਾ ਸਾਹਿਬ ਤੋਂ 2 ਕੁ ਮੀਲ ਦੀ ਦੂਰੀ 'ਤੇ ਅਜੇ ਪਹੁੰਚਿਆ ਤਾਂ ਝੱਬਰ ਜੀ ਨੇ ਸਾਰਿਆਂ ਨੂੰ ਖੜਾ ਕਰਕੇ ਇੱਕ ਲਕੀਰ ਖਿੱਚ ਦਿੱਤੀ ਤੇ ਇਹ ਗੱਲ ਕਹੀ ਵੀ ਅੱਗੇ ਕੇਵਲ ਇਸ ਲਕੀਰ ਨੂੰ ਉਹੀ ਪਾਰ ਕਰਨ ਜਿਨ੍ਹਾਂ ਨੇ ਗੁਰਦੁਆਰੇ ਦੇ ਕਬਜ਼ੇ ਦੇ ਲਈ ਸ਼ਹੀਦੀ ਪ੍ਰਾਪਤ ਕਰਨੀ ਹੈ, ਇਹ ਲਕੀਰ ਉਹੀ ਪਾਰ ਕਰਨ। ਇਤਿਹਾਸ ਇਹ ਆਖਦਾ ਕਿ 2200 ਸਿੰਘ ਸਿਰ ਤੇ ਖੱਫੜ ਬੰਨ੍ਹ ਕੇ ਲਕੀਰ ਪਾਰ ਕਰਕੇ ਆ ਕੇ ਦੂਜੇ ਪਾਸੇ ਖੜੇ ਹੋ ਗਏ। ਝੱਬਰ ਜੀ ਨੇ 200 ਸਿੰਘਾਂ ਦੇ 11 ਜੱਥੇ ਬਣਾ ਕੇ ਉਹਨਾਂ ਦੇ ਜਥੇਦਾਰ ਥਾਪ ਦਿੱਤੇ ਤੇ ਗੁਰਦੁਆਰਾ ਜਨਮ ਸਥਾਨ ਵੱਲ ਨੂੰ ਜਿਹੜਾ ਸੀ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਖਾਸ ਗੱਲ ਇਹ ਹੈ ਵੀ ਇੱਥੇ ਹੁਣ ਜਿਹੜਾ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪਹਿਲਾਂ ਸ਼ਹਾਦ ਤੇ ਫਿਰ ਹਥਿਆਰ, ਸ਼ਹਾਦ ਵੀ ਸ਼ਹੀਦੀਆਂ ਹੋ ਚੁੱਕੀਆਂ ਸਨ। ਹੁਣ ਝੱਬਰ ਜੀ ਦੇ ਜੱਥੇ ਦਾ ਹਰ ਬੰਦਾ, ਹਰ ਸਿੰਘ ਛਵੀਆਂ, ਗੜਾਸੇ, ਕਿਰਪਾਨਾਂ, ਡਾਂਗਾਂ ਨਾਲ ਹਥਿਆਰਬੰਦ ਸੀ। ਨਾ ਇਹਨਾਂ ਨੂੰ ਕੋਈ ਐਸੀ ਸਹੁੰ ਚੁਕਾਈ ਗਈ ਕਿ ਤੁਸੀਂ ਉਹਨਾਂ ਨੂੰ ਹੱਥ ਨਹੀਂ ਚੁੱਕਣਾ, ਇਹ ਆਏ ਹੀ ਮਰਨ ਮਰਾਉਣ ਦਾ ਪ੍ਰੋਗਰਾਮ ਬਣਾ ਕੇ ਸਨ। ਸ਼ਾਂਤਮਈ ਕਿੰਨੀ ਦੇਰ ਮਾਰਾਂ ਖਾਂਦੇ ਹੋ ਰਹਿੰਦੇ, ਕਿਉਂਕਿ ਸਿੱਖਿਆ ਦਾ ਸਿਧਾਂਤ ਇਹ ਹੈ ਵੀ ਸ਼ਾਂਤਮਈ ਤੋਂ ਬਾਅਦ ਜ਼ਬਰ ਦੇ ਖਿਲਾਫ਼ ਤਲਵਾਰ ਚੁੱਕਣੀ ਜਾਇਜ਼ ਹੈ। ਸਾਹਿਬ ਮਹਤਾਬ ਸਿੰਘ ਜੀ ਜੋ ਉਸ ਵੇਲੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਸਨ, ਘੋੜੇ ਤੇ ਸਵਾਰ ਅੱਗੋਂ ਆ ਕੇ ਮਿਲੇ ਤੇ ਜੱਥੇ ਨੂੰ ਅੱਗੋਂ ਜਾਣ ਤੋਂ ਇਹ ਕਹਿ ਕੇ ਰੋਕਿਆ ਕਿ ਅੱਗੇ ਫੌਜ ਹੈ, ਮਸ਼ੀਨ ਗੰਨਾਂ ਬੀੜੀਆਂ ਹੋਈਆਂ, ਤੁਸੀਂ ਕਿੱਥੇ ਜਾਓਗੇ? ਤਾਂ ਝੱਬਰ ਜੀ ਦਾ ਬੜਾ ਜਵਾਬ ਸੀ, ਹੁਣ ਪਿੱਛੇ ਮੁੜਨ ਦਾ ਸਮਾਂ ਨਹੀਂ ਹੈ, ਅਸੀਂ ਗੁਰਦੁਆਰੇ ਦਾ ਕਬਜ਼ਾ ਲੈਣਾ ਹੈ ਜਾਂ ਸਨਮੁੱਖ ਸ਼ਹੀਦ ਹੋਣਾ ਹੈ, ਵੀ ਅਸੀਂ ਗੁਰਦੁਆਰੇ ਦਾ ਕਬਜ਼ਾ ਲੈਣਾ ਜਾਂ ਸਨਮੁੱਖ ਸ਼ਹੀਦ ਹੋਣਾ ਹੈ। ਸਰ ਮਹਤਾਬ ਸਿੰਘ ਜੀ ਵਾਪਸ ਮੁੜ ਕੇ ਝੱਬੇ ਸਰ ਝੱਬਰ ਜੇ ਕਰਤਾਰ ਸਿੰਘ ਝੱਬਰ ਨੇ ਫਿਰ ਇੱਕ ਸੰਬੋਧਨ ਕੀਤਾ ਜੱਥੇ ਨੂੰ, ਖਾਲਸਾ ਜੀ ਹੁਣ ਅਸੀਂ ਗੋਲੀ ਦੀ ਮਾਰ ਦੇ ਬਿਲਕੁਲ ਨੇੜੇ ਪਹੁੰਚ ਗਏ ਹਾਂ, ਖਾਲਸੇ ਦਾ ਕੰਮ ਹੈ ਅਗਾਂਹ ਘੁਤਰਾਂ ਪਿੱਛਾ ਫੇਰ ਨਾ ਮੁੱਢਣਾ। ਜਿਸ ਵੇਲੇ ਗੋਲੀ ਚੱਲੇ ਤੁਸਾਂ ਸਭ ਨੇ ਪੂਰੇ ਜੋਸ਼ ਨਾਲ, ਪੂਰੇ ਜ਼ੋਰ ਨਾਲ ਅੱਗੇ ਗੋਰੇ ਫੌਜ ਦੇ ਉੱਤੇ ਹੱਲਾ ਬੋਲਣਾ ਹੈ, ਅੱਗੇ ਵੱਧਦੇ ਜਾਓ, ਜੇ ਗੋਲੀ ਖਾ ਕੇ ਡਿੱਗ ਪਵੇ ਉਹਨੂੰ ਚੁੱਕਣਾ ਨਹੀਂ, ਅੱਗੇ ਨੂੰ ਵਧੀ ਜਾਓ, ਹੱਥੋਂ ਹੱਥੀ ਗੋਰਿਆਂ 'ਤੇ ਪੈ ਕੇ ਉਹਨਾਂ ਦੀਆਂ ਮਸ਼ੀਨ ਗੰਨਾਂ ਖੋਲੋ, ਅਸੀਂ ਅਰਦਾਸਾਂ ਸੋਧ ਕੇ ਤੁਰੇ ਹਾਂ ਕਿ ਗੁਰਦੁਆਰੇ ਉੱਤੇ ਕਬਜ਼ਾ ਕਰਾਂਗੇ, ਸ਼ਹੀਦ ਹੋਵਾਂਗੇ,
ਜਥੇ ਵਿੱਚੋਂ ਕਿਸੇ ਸਿੰਘ ਨੇ ਕਹਿੰਦੇ ਹਨ ਕਿ ਇੰਨੀ ਇੰਨੀ ਜ਼ੋਰ ਦੀ ਜਕਾਰਾ ਬੁਲਾਇਆ ਕਿ ਇੱਕ ਵਾਰੀ ਧਰਤੀ ਵੀ ਕੰਬਦੀ ਨਜ਼ਰ ਆਉਣ ਲੱਗ ਪਈ। ਜਦੋਂ ਜੱਥਾ ਰੇਲਵੇ ਲਾਈਨ ਦੇ ਨੇੜੇ ਪਹੁੰਚਿਆ, ਜਿਹੜੇ ਪਾਕਿਸਤਾਨ ਦੇ ਜਨਪਲ ਹਨ ਉਹਨਾਂ ਨੂੰ ਸ਼ਾਇਦ ਇਹ ਬਾਰੇ ਜਾਣਕਾਰੀ ਹੋਏਗੀ ਕਿ ਉੱਥੇ ਨੇੜੇ ਰੇਲਵੇ ਲਾਈਨ ਹੈ। ਅੱਗੋਂ ਅੰਗਰੇਜ਼ ਅਫਸਰ ਮਿਲੇ, ਜਿਹ 'ਚ ਕਮਿਸ਼ਨਰ ਪੁਲਿਸ ਦਾ ਜਰਨੈਲ, ਫੌਜੀ ਜਰਨੈਲ, DC ਸਰ ਮਹਤਾਬ ਸਿੰਘ ਜੀ, ਜਿਹੜੇ ਵਕੀਲ ਸਨ ਹਰਬੰਸ ਸਿੰਘ ਜੀ ਟਾਰੀ, ਭਾਈ ਜੋਧ ਸਿੰਘ ਸਰ, ਲਾਲ ਸਿੰਘ ਲਾਹੌਰ ਵਾਲੇ, ਡਿਪਟੀ ਕਮਿਸ਼ਨਰ ਮਿਸਟਰ ਕਰੀ ਨੇ ਅੱਗੇ ਵੱਧ ਕੇ ਝੰਬਰ ਜੀ ਦੇ ਜੱਥੇ ਨੂੰ ਰੋਕਣ ਵਾਸਤੇ ਧਮਕੀ ਦਿੱਤੀ। ਅੱਗੇ ਗੋਰਾ ਫੌਜ ਹੈ, ਅਗਰ ਆਪ ਅੱਗੇ ਬੜੇ ਤਾਂ ਗੋਲੀ ਚਲਾ ਦੀ ਜਾਏਗੀ। ਝੰਬਰ ਜੀ ਨੇ ਕਿਹਾ, ਤੁਸੀਂ ਗੋਲੀ ਚਲਾਓ ਤੇ ਮੇਰੇ ਜਵਾਨਾਂ ਦੇ ਹੱਥ ਦੇਖੋ, ਤੁਸੀਂ ਗੋਲੀ ਚਲਾਓ ਤੇ ਮੇਰੇ ਜਵਾਨਾਂ ਦੇ ਹੱਥ ਦੇਖੋ। ਕਰੀ ਨੇ ਕਿਹਾ, ਤੁਸੀਂ ਕੁਝ ਸਮਾਂ ਇੰਤਜ਼ਾਰ ਕਰ ਲਓ, ਗੁਰਦੁਆਰੇ ਦੀਆਂ ਚਾਬੀਆਂ ਕੱਲ੍ਹ ਸਵੇਰੇ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। ਉਹਨਾਂ ਦਾ ਮਤਲਬ ਇਹ ਸੀ ਵੀ ਲਾਸ਼ਾਂ ਨੂੰ ਇਰਦ ਗਿਰਦ ਕਰ ਦਿੱਤਾ ਜਾਵੇ, ਉਸ ਸਾਕਾ ਨਾ ਦੇਖ ਸਕਣ ਸਿੱਖ। ਝੱਬਰ ਸਾਹਿਬ ਜੀ ਨੇ ਕਿਹਾ, ਗੁਰਦੁਆਰੇ ਦੀਆਂ ਚਾਬੀਆਂ ਜਾਂ ਤਾਂ ਹੁਣੇ ਹੀ ਲੈਣੀਆਂ ਹਨ ਤੇ ਜਾਂ ਗੁਰਦੁਆਰੇ ਤੋਂ ਗੋਰਾ ਫੌਜ ਵੀ ਹੁਣੇ ਹੀ ਹਟੇਗੀ। ਜੱਥੇ ਸਿੰਘਾਂ ਨੇ ਫਿਰ ਹਥਿਆਰ ਆਪਣੇ ਸੂਤ ਲਏ ਜਾਂ ਤਿਆਰੀ ਕਰ ਲਈ ਤੇ ਅੱਗੇ ਵਧਣ ਦੀ ਗੱਲ ਜਿਹੜੀ ਸ਼ੁਰੂ ਕਰ ਦਿੱਤੀ। DC ਗਰੀ ਨੇ 2 ਮਿੰਟ ਜੀ ਚਾਬੀਆਂ ਕੱਢ ਕੇ ਝੱਬਰ ਜੀ ਦੇ ਹੱਥ ਫੜਾ ਦਿੱਤੀਆਂ ਔਰ ਫੌਜ ਨੂੰ ਆਪਣੇ ਨੂੰ ਪਿੱਛੇ ਹਟਾ ਲਿਆ ਤੇ ਸਿੰਘਾਂ ਦੀ ਕਮੇਟੀ ਬਣਾ ਕੇ ਗੁਰਦੁਆਰੇ ਦਾ ਕਬਜ਼ਾ ਦਿੱਤਾ ਗਿਆ, ਜਿਹਦੇ ਪ੍ਰਧਾਨ ਸਾਹਿਬ ਹਰਬੰਸ ਸਿੰਘ ਜੀ ਨੂੰ ਬਣਾਇਆ ਗਿਆ। ਕਮੇਟੀ ਦੇ ਮੈਂਬਰ ਗੁਰਦੁਆਰਾ ਦਾ ਤਾਲਾ ਖੋਲ ਕੇ ਅੰਦਰ ਗਏ, ਜੋ ਹਾਲਾਤ ਅੰਦਰ ਦੇ ਦੇਖੇ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਹੈ। ਅਗਲੇ ਦਿਨ 23 ਫਰਵਰੀ ਦੀ ਸਵੇਰ ਨੂੰ ਸਰ ਗਵਰਨਰ ਪੰਜਾਬ ਸਮੇਤ ਹੋਰ ਅਫਸਰ ਜ ਇੱਥੇ ਆਣੇ ਸਨ, ਉੱਚ ਲਾਲਾ ਹਰਕਿਸ਼ਨ ਲਾਲ, ਇੱਕ ਸਰ ਫਜ਼ਲ ਹੁਸੈਨ, ਇਹ ਨਨਕਾਣਾ ਸਾਹਿਬ ਸਾਰੇ ਪਹੁੰਚੇ। ਗੁਰਦੁਆਰੇ ਦਾ ਦ੍ਰਿਸ਼ ਦੇਖ ਕੇ ਵਾਹਿਗੁਰੂ ਉਹਨਾਂ ਦੀਆਂ ਭੁੱਪਾਂ ਡਿੱਗ ਗਈਆਂ। ਫਿਰ ਸ਼ਹੀਦਾਂ ਦਾ ਗਿੱਠਾ ਤਿਆਰ ਕੀਤਾ ਗਿਆ, ਜਿੱਥੇ ਅੱਜ ਪ੍ਰਕਾਸ਼ ਸਥਾਨ ਦੇ ਸਾਹਮਣੇ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਹੈ। ਭਾਈ ਜੋਧ ਸਿੰਘ ਜੀ ਨੇ ਇੱਥੇ ਸ਼ਹੀਦਾਂ ਦੇ ਪ੍ਰਤੀ ਇੱਕ ਬਹੁਤ ਹੀ ਵਿਰਾਗਮਈ ਅਰਦਾਸ ਕੀਤੀ ਤੇ ਕਰੀਬ 7 ਵਜੇ 23 ਫਰਵਰੀ ਨੂੰ ਅੱਧ ਸੜੇ ਸਰੀਰਾਂ ਦਾ ਸੰਸਕਾਰ ਜਿਹੜਾ ਸੀ ਉਹ ਕੀਤਾ ਗਿਆ। ਤੋ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਜੇ ਇਸ ਦਿਨ ਸਿੰਘ ਨਨਕਾਣਾ ਸਾਹਿਬ ਨਾ ਆਉਂਦੇ ਤਾਂ ਜੇ ਜਿਹੜੀ 6 ਫਰਵਰੀ ਨੂੰ 6 ਮਾਰਚ ਨੂੰ ਜਿਹੜੀ ਮੀਟਿੰਗ ਹੋਣੀ ਸੀ ਉਹ ਘਟਨਾ ਵਾਪਰ ਜਾਂਦੀ ਤਾਂ ਸਿੱਖਾਂ ਦਾ ਹੋਰ ਵੀ ਵੱਡਾ ਨੁਕਸਾਨ ਹੁੰਦਾ, ਕਿਉਂਕਿ ਸਾਰੀ ਸਮੁੱਚੀ ਸਿੱਖ ਲਹਿਰ ਜਿਹੜੀ ਸੀ ਉਹ ਉੱਥੇ ਲਹਿਰ ਦੇ ਆਗੂ ਉੱਥੇ ਇਕੱਠੇ ਹੋਣੇ ਸਨ। ਮਹੰਤ ਨੇ ਉਹਨਾਂ ਸਾਰਿਆਂ ਨੂੰ ਹੀ ਖੜੇ ਕਰ ਦਿੱਤਾ ਸੀ, ਉਸ ਮਹੰਤ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਨ ਦਾ ਨਿਰਣਾ ਕਰ ਚੁੱਕਾ ਸੀ। ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਇਸ ਇੱਕ ਸ਼ਹਾਦਤ ਦਾ ਇੱਕ ਹੋਰ ਇਹ ਫਾਇਦਾ ਹੋਇਆ ਕਿ ਸਿੱਖਾਂ ਦੇ ਅੰਦਰ ਉਹ ਸਪਿਰਿਟ ਜਿਹੜੀ ਗੁਰੂ ਸਾਹਿਬਾਨ ਨੇ ਖਾਲਸੇ ਦੇ ਅੰਦਰ ਭਰੀ ਸੀ ਜਾਂ ਸਿੱਖਾਂ ਅੰਦਰ ਭਰੀ ਸੀ, ਜਿਹਨੂੰ ਲੋਕ ਭੁੱਲਦੇ ਜਾ ਰਹੇ ਸੀ ਤੇ ਜਿਹਨੂੰ ਸਵਾਲ ਖੜੇ ਕਰ ਦਿੰਦੇ ਸੀ ਕੌਣ ਬੰਦ ਬੰਦ ਕਟਾ ਸਕਦਾ ਹੈ, ਕੌਣ ਝੱਖੜੀਆਂ ਤੇ ਚੜ੍ਹ ਸਕਦਾ, ਅੱਜ ਵੀ ਲੋਕੀ ਕਈ ਏਦਾਂ ਦੇ ਸਵਾਲ ਕਰਦੇ ਹਨ, ਉਹ ਨਵੀਂ ਯਾਦ ਤਾਜ਼ਾ ਕਰਾ ਦਿੱਤੀ। ਸਮੁੱਚੇ ਦਾ ਸਿੱਟਾ ਇਹ ਨਿਕਲਿਆ ਕਿ ਸਮੁੱਚੀ ਅਕਾਲੀ ਲਹਿਰ ਜਿਹੜੀ ਸੀ ਗੁਰੂ ਕੇ ਬਾਗ ਦੇ ਤੇ ਗੁਰਦੁਆਰਾ ਜੇਤੋ ਦੀਆਂ ਅੱਗੋਂ ਬੇਮਿਸਾਲ ਕੁਰਬਾਨੀਆਂ ਜਿਹੜੀਆਂ ਸੀ ਉਹ ਸਿੱਖਾਂ ਨੇ ਕੀਤੀ। ਤੋ ਇਸ ਸਾਕੇ ਦੀ ਜੋ ਨਨਕਾਣਾ ਸਾਹਿਬ ਦਾ ਸਾਕਾ ਹੈ ਇਹ ਜੇ ਅਸੀਂ ਹੋਰ ਇਹਦੀ ਗਹਿਰਾਈ ਵਿੱਚ ਜਾਈਏ ਤਾਂ ਇਹ ਸਾਰਾ ਸਾਕਾ ਜਾਂ ਸ਼ਹੀਦੀਆਂ ਜਿਹੜੀਆਂ ਹੋਈਆਂ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਹੋਈਆਂ, ਜਿਸ ਸੁਧਾਰ ਨੂੰ ਉਹਨਾਂ ਸਿੰਘਾਂ ਨੇ ਆਪਣਾ ਖੂਨ ਪਾ ਕੇ ਲੈ ਕੇ ਆਉਂਦਾ, ਅੱਜ ਉਹ ਫਿਰ ਕੁਰੀਤੀਆਂ ਸਾਡੇ ਗੁਰਦੁਆਰਿਆਂ ਅੰਦਰ ਗੁਰਧਾਮਾਂ ਅੰਦਰ ਵਰਤਣ ਲੱਗ ਪਈਆਂ। ਅੱਜ ਲੋੜ ਹੈ ਇੱਥੋਂ ਸਾਨੂੰ ਸੇਧ ਲੈਣ ਦੀ ਤੇ ਇਸ ਇਤਿਹਾਸ ਨੂੰ ਸਾਂਭ ਕੇ ਰੱਖਣ ਦੀ। ਅੱਜ ਸਾਡੇ ਗੁਰਦੁਆਰਿਆਂ ਦੀ ਹਾਲਤ ਇੰਨੀ ਕੁ ਗੰਭੀਰ ਬਣ ਚੁੱਕੀ ਹੈ ਕਿ ਜੇ ਹੁਣ ਵੇਲੇ ਸਿਰ ਅਸੀਂ ਸੁਧਾਰ ਨਾ ਕੀਤਾ ਜਾਂ ਹੋਰ ਤਰ੍ਹਾਂ ਜਿਹੜੇ ਪ੍ਰਬੰਧਕ ਹਨ ਉਹਨਾਂ ਦੀ
ਸੋਚ ਵਿੱਚ ਤਬਦੀਲੀ ਨਾ ਆਉਂਦੀ ਤਾਂ ਫਿਰ ਬਹੁਤ ਭਾਰੀ ਕੀਮਤ ਜਿਹੜੀ ਹੈ ਸਾਨੂੰ ਫਿਰ ਚੁਕਾਉਣੀ ਪਏਗੀ। ਅੱਜ ਲੋੜ ਹੈ ਗੁਰਦੁਆਰਾ ਸੋਹਾਇਰ ਦੇ ਉਹਨਾਂ ਮੁਖੀਆਂ ਦੀ, ਇਮਾਨਦਾਰ ਸੂਝਵਾਨ ਗੁਰਮਤ ਦੇ ਪਰਪੱਕ ਉੱਚੇ ਸੁੱਚੇ ਜੀਵਨ ਵਾਲੇ ਕੁਰਬਾਨੀ ਵਾਲੇ ਹਰ ਲਾਲਚ ਤੋਂ ਉੱਪਰ ਅਣਖੀਲੇ ਲੀਡਰਾਂ ਦੀ, ਅਣਖੀਲੇ ਆਗੂਆਂ ਦੀ ਜੋ ਕੌਮ ਨੂੰ ਇੱਕ ਸਹੀ ਦਾਹ ਦੱਸ ਸਕਣ ਤੇ ਗੁਰਦੁਆਰਿਆਂ ਨੂੰ ਮੁੜ ਕੇ ਸਿੱਖੀ ਦੇ ਪ੍ਰਚਾਰ ਕੇਂਦਰ ਬਣਾ ਸਕਣ ਤਦ ਕਿ ਆਉਣ ਵਾਲੀ ਪੀੜ੍ਹੀ ਤੱਕ ਸਿੱਖੀ ਜਿਹੜੀ ਹੈ ਉਹ ਪਹੁੰਚਾਈ ਜਾ ਸਕੇ। ਗੁਰੂ ਕਿਰਪਾ ਕਰੇ, ਅਸੀਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਔਰ ਇਸ ਜੋ ਗੁਰਦੁਆਰਾ ਸੁਧਾਰ ਲਹਿਰ ਦੇ ਜੋ ਸਾਨੂੰ ਕੁਰਬਾਨੀਆਂ ਰਾਹੀਂ ਆਪਣੀਆਂ ਸ਼ਹੀਦੀਆਂ ਦੇ ਕੇ ਸਾਨੂੰ ਇਹ ਜੀਵਨ ਦਾ ਮਾਰਗ ਦੱਸਿਆ, ਉਸ ਮਾਰਗ ਨੂੰ ਅਸੀਂ ਅਪਣਾਈਏ ਤੇ ਇਹ ਆਪਣਾ ਜੀਵਨ ਦਾ ਰੋਸ਼ਨੀ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਸਕੀਏ। ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।